ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗੁਰਮਖ ਪਿਆਰੇਓ ਆਪਾਂ ਗੁਰੂ ਜੀ ਮਤ ਤਿੰਨ ਸਾਲ ਸਮਲਣ ਕਰੀਏ ਵੀਰੀ ਜੋ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸ ਰਹੇ ਨੇ ਉਹ ਸੰਸਾਰ ਆਪਾਂ ਸਮਲਣ ਕਰ ਲੈ ਆਂ ਵੀਰੀ ਕੀ ਹੈ ਜਦੋਂ ਆਪਾਂ ਅੱਖਾਂ ਬੰਦ ਕਰ ਲਈਏ ਅੱਖਾਂ ਬੰਦ ਕਰਕੇ ਜੋ ਆਪਣੇ ਆ ਕੋਏ ਨੇ ਕੋਇਆਂ ਤੋਂ ਸਿੱਧਾ ਨੱਕ ਵਾਲੀ ਸਾਈਡ ਦੇਖਣਾ ਨੱਕ ਦੀ ਨੋਕ ਵਾਲੀ ਸਾਈਡ ਨਕਰੀ ਨੋਕ ਤੇ ਧਿਆਨ ਨਹੀਂ ਰੱਖਣਾ ਖਾਲੀ ਖਲਾਜ ਉਹ ਅੱਗੇ ਨਕਰੀ ਨੋਕ ਤੇ ਅੱਗੇ ਖਾਲੀ ਖਲਾਮ ਇੱਥੇ ਦੇਖੀ ਹਨ ਖਾਂਬੜੇ ਹੀ ਪਿਆਰ ਨਾਲ ਬੰਦ ਕਰਕੇ ਸਾਹਮਣੇ ਦੇਖਦੇ ਹੋਏ ਨੇ ਜਦੋਂ ਸੁਵਾਸ ਅੰਦਰ ਜਾਵੇ ਉਦੋਂ ਵਾਹਿ ਬੋਲਣਾ ਜਦੋਂ ਸੁਵਾਸ ਬਾਹਰ ਆਵੇ ਉਦੋਂ ਗੁਰੂ ਬੋਲਣਾ ਵਾਹਿ ਬੋਲ ਕੇ ਵਾਹਿ ਜੁੰ ਲੈਣਾ ਗੁਰੂ ਬੋਲ ਕੇ ਗੁਰੂ ਜੁੰ ਲੈਣਾ ਸਵਾਗੁਰੂ ਨੂੰ ਪਿਆਰਿਓ ਕਰੋ ਜੀ ਸ਼ੁਰੂ ਵਾ guru, wa, guru, wa, guru, wa, guru, wa, guru, 뭔가... 그 va gire va gire va gire va gire Giri, Va, Giri, Va, Giri, Va, Giri.

ਵਾ ਗਰੇ 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 ਵਾ

Okay. To... ਦੀਦੀ ਸਾਜੀ ਨਵਾਜੀ ਗੁਰੂ ਰੂਪੈਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਹ ਪਿਆਰਿਓ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਆਪਣਾ ਮਾਰਗਦਰਸ਼ਨ ਕਰਦੇ ਨੇ ਮਾਰਗਦਰਸ਼ਨ ਕਰਦੇ ਹੋਏ ਸਾਨੂੰ ਭੁੱਲਿਆਂ ਨੂੰ ਸਮਝਾ ਰਹੇ ਨੇ ਕਿ ਆਪਾਂ ਕਿੱਥੋਂ ਦੇ ਰਹਿਣ ਵਾਲੇ ਹਾਂ ਏ ਹੁਣ ਕਿੱਥੇ ਆਏ ਹੋਏ ਹਾਂ ਰਹਿਣ ਵਾਲੇ ਕਿੱਥੋਂ ਦੇ ਹਨ ਤੇ ਹੁਣ ਕਿੱਥੇ ਆਏ ਹੋਏ ਹਾਂ ਆਪਾਂ ਸਾਰੇ ਹੀ ਉੱਥੋਂ ਦੇ ਰਹਿਣ ਵਾਲੇ ਹਾਂ ਜਿੱਥੇ ਸਾਡਾ ਮਾਤਾ ਪਿਤਾ ਹੈ ਇੱਕ ਤਾਂ ਸਰੀਰਕ ਤੌਰ ਤੇ ਮਾਤਾ ਪਿਤਾ ਨੇ ਇੱਕ ਸੂਖਮ ਤੌਰ ਤੇ ਮਨ ਦਾ ਮਾਤਾ ਪਿਤਾ ਉਹ ਇੱਕੋ ਹੀ ਹੈ ਏਕ ਬਿਤਾ ਏਕਿਸਕੇ ਹਮ ਬਾਰਕ ਉਹੀ ਮਾਂ ਹੈ ਉਹੀ ਪਿਤਾ ਹੈ ਹਰਦੀ ਮਾਤਾ ਹਰਦੀ ਪਿਤਾ ਹਮਾਰ ਕੇ ਬਾਰਕ ਵੀ ਆਪਾਂ ਉਹਦੇ ਬੱਚੇ ਹਾਂ ਹੁਣ ਜੋ ਸਾਡਾ ਪਿਤਾ ਹੈ ਉਹ ਸੱਚਖੰਡ ਦਾ ਰਹਿਣ ਵਾਲਾ ਹੈ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤੋ ਸੱਚਖੰਡ ਕਿੱਥੇ ਹੈ ਜਿੱਥੋਂ ਦਾ ਰਹਿਣ ਵਾਲਾ ਹੈ ਉਹ ਆਪਣੇ ਅੱਖਾਂ ਤੋਂ ਸ਼ੁਰੂ ਹੋ ਜਾਂਦਾ ਹੈ ਕਿੱਥੋਂ ਸ਼ੁਰੂ ਹੁੰਦਾ ਹੈ ਅੱਖਾਂ ਤੋਂ ਆ ਸ਼ੁਰੂ ਹੋ ਗਿਆ ਆ ਜੋ ਖਾਲੀ ਖਲਾਹ ਹੈ ਇਹ ਸੱਚਖੰਡ ਹੈ ਇੱਥੋਂ ਸ਼ੁਰੂ ਹੋ ਗਿਆ ਲੇਕਿਨ ਦੇਖੋ ਇਹਦੇ ਵਿੱਚ ਆਪਾਂ ਤੁਰੇ ਫਿਰਦੇ ਆਂ ਕਦੀ ਇਹਨੂੰ ਦੇਖਿਆ ਨਹੀਂ ਔਰ ਇਹ ਦਿਸਦਾ ਵੀ ਹੈਗੀ ਇਹ ਉਦੋਂ ਦੇਖਦਾ ਹੈ ਜਦੋਂ ਸਾਡੇ ਮਨ ਦੀ ਜੋਤ ਗੁਰੂ ਰੂਪ ਪੰਜ ਪਿਆਰੇ ਜੋਤ ਪ੍ਰਗਟ ਕਰਦੇ ਨੇ ਜੋ ਆਪਾਂ ਬਾਣੀ ਵਿੱਚ ਪੜ੍ਹਦੇ ਆਂ ਸਭ ਮੈਂ ਜੋਤ ਜੋਤ ਹੈ ਸੋਏ ਤੇ ਇਹਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਗੁਰੂ ਨੇ ਜੋਤ ਪ੍ਰਗਟ ਕਰਨੀ ਜਦੋਂ ਗੁਰੂ ਜੋਤ ਪ੍ਰਗਟ ਕਰਦਾ ਹੈ ਉਦੋਂ ਸਭ ਤੋਂ ਪਹਿਲਾਂ ਜੋ ਸਾਡੇ ਮਨ ਦਾ ਸਰੂਪ ਹੈ ਉਹ ਦਿਖਾਇਆ ਜਾਂਦਾ ਉਸ ਤੋਂ ਬਾਅਦ ਮਨ ਨੇ ਨਾਮ ਰੂਪ ਹੋਣਾ ਹੁੰਦਾ ਹੈ ਉਹਦੇ ਵਿੱਚ ਧੁਨ ਨੂੰ ਸੁਣ-ਸੁਣ ਕੇ ਜੋ ਪ੍ਰਕਾਸ਼ਮਾਨ ਜੋ ਆਤਮ ਪ੍ਰਕਾਸ਼ ਹੈ ਨਾਮ ਦਾ ਉਹਦੇ ਵਿੱਚ ਸਮਾਉਣਾ ਹੁੰਦਾ ਹੈ ਫਿਰ ਮਾਲਕ ਦੇ ਵਿੱਚ ਜੋ ਜਰੇ-ਜਰੇ ਵਿੱਚ ਹੈ, ਕਣ-ਕਣ ਵਿੱਚ ਹੈ, ਹਰ ਜਗ੍ਹਾ ਤੇ ਹੈ। ਜੋ ਮਹਾਰਾਜ ਬਾਣੀ ਦੱਸਦੇ ਨੇ ਕਹਿੰਦੇ ਤੂੰ ਕਰਤਾ ਪੁਰਖ ਅਗੰਮ ਹੈ, ਰਮਿਆ ਸਭ ਠਾਈ। ਹਰ ਜਗ੍ਹਾ ਤੇ ਰਮਿਆ ਹੋਇਆ ਜੋ ਮਾਲਕ ਹੈ। ਫਿਰ ਸਾਡੇ ਮਨ ਨੇ ਆਤਮਕ ਰੂਪ ਹੋ ਕੇ ਉਹਦੇ ਵਿੱਚ ਸਮਾਉਣਾ ਹੈ। ਨਾਮ ਰੂਪ ਹੋ ਕੇ ਉਹਦੇ 'ਚ ਸਮਾਉਣਾ ਹੈ। ਮਨ ਨੇ ਸਮਾਉਣਾ ਹੈ। ਮਾਨਿਕ ਪ੍ਰਕਾਸ਼ ਹੈ ਮਾਨਿਕ ਲਾਈਟ ਹੈ ਮਾਨਿਕ ਚਾਨਣ ਹੈ ਉਹ ਲਾਈਟ ਉਹ ਚਾਨਣ ਉਹ ਪ੍ਰਕਾਸ਼ ਸਾਡੇ ਸਰੀਰ ਦੇ ਵਿੱਚ ਕਿੱਥੇ ਹੈ ਸਾਡੇ ਨੇਤਰਾਂ ਦੇ ਵਿੱਚ ਹੈ ਕਿੱਥੇ ਹੈ ਜੀ ਅੱਖਾਂ ਦੇ ਵਿੱਚ ਹੋਰ ਕਿਤੇ ਨਹੀਂ ਹੈ ਲਾਈਟ ਚਾਨਣ ਅੱਖਾਂ ਦੇ ਵਿੱਚ ਤਾਰਾ ਚਮਕਦਾ ਹੈ ਬਿੰਦੂ ਚਮਕਦਾ ਹੈ ਦੇਖੋ ਗੌਰਨਰ ਚਮਕਦਾ ਤਾਰਾ ਆਪ ਦੀ ਫੋਟੋ ਹੀ ਦੇਖ ਲਓ ਉਹਦੇ ਵਿੱਚ ਵੀ ਆਉਂਦਾ ਹੈ ਅੱਖਾਂ ਦੇ ਵਿੱਚ ਤਾਰਾ ਚਮਕਦਾ ਹੈ ਇਥੇ ਮਨ ਜੋਤ ਸਰੂਪ ਨੂੰ ਬਾਇਆ ਜਾਂਦਾ ਹੈ ਇਹ ਨੇਤਰੋ ਮੇਰੇ ਹਰ ਤੋਂ ਮੈਂ ਜੋਤ ਰਹੀ ਹਰ ਬਿਨਵਰਨਾ ਦੇਖਿਓ ਕੋਈ ਤੇ ਜਦੋਂ ਆਪਾਂ ਉਸ ਜੋਤ ਦਾ ਇਸਤੇਮਾਲ ਕਰਨਾ ਸਿੱਖ ਜਾਂਦੇ ਹਾਂ ਤਾਂ ਫਿਰ ਇਹ ਪਤਾ ਲੱਗਦਾ ਵੀ ਇਹ ਸੱਚਖੰਡ ਸ਼ੁਰੂ ਹੋ ਗਿਆ ਹੈ ਉਹਨੇ ਸੱਚਖੰਡ ਦੇ ਵਿੱਚ ਸਾਰਾ ਕੁਝ ਹੀ ਹੈ ਸੱਚਖੰਡ ਦੇ ਵਿੱਚ ਸਾਡੇ ਲਈ ਜੋ ਸੱਚਖੰਡ ਹੈ ਉਹ ਜਿੱਥੇ ਆਪਾਂ ਸਰੀਰ ਲੈ ਕੇ ਜਾਂਦੇ ਹਾਂ ਤੇ ਆ ਜੋ ਖਾਲੀ ਖਲਾਅ ਹੈ ਜਿੱਥੋਂ ਸ਼ੁਰੂ ਹੋ ਜਾਂਦਾ ਇਹ ਸੱਚਖੰਡ ਤੇ ਹੁੰਦਾ ਸਾਡੇ ਅੱਖਾਂ ਤੋਂ ਸ਼ੁਰੂ ਹੋ ਗਿਆ ਦੇਖੋ ਕਿੰਨਾ ਵੱਡਾ ਇਹਦੇ ਵਿੱਚ ਹੀ ਆਪਾਂ ਗੱਡੀਆਂ ਤੇ ਮੋਟਰਸਾਈਕਲਾਂ ਤੇ ਤੁਰ ਕੇ ਆਏ ਆ ਕੋਈ ਲੁਧਿਆਣੇੋਂ ਆਉਂਦਾ ਕੋਈ ਚੰਡੀਗੜ੍ਹੋਂ ਆਉਂਦਾ ਕੋਈ ਇੱਥੋਂ ਆਉਂਦਾ ਸ਼ਹਿਰ ਚੋਂ ਆਉਂਦਾ ਇੱਥੇ ਘਰੇ ਵੀ ਇਹਦੇ ਵਿੱਚ ਹੀ ਤੁਰੇ ਫਿਰਦੇ ਆਂ ਕਦੀ ਇਹਨੂੰ ਦੇਖਿਆ ਨਹੀਂ ਇਹ ਜਦੋਂ ਜੋਤ ਪ੍ਰਗਟ ਹੁੰਦੀ ਆ ਫਿਰ ਇਹਦੇ ਵਿੱਚ ਪ੍ਰਕਾਸ਼ ਦਿਸਦਾ ਜਿਵੇਂ ਲਿਸ਼ਕੋਰ ਪਾਣੀ ਲਿਸ਼ਕਦਾ ਹੋਵੇ ਸ਼ੀਸ਼ਾ ਚਮਕਦਾ ਹੋਵੇ ਲਿਸ਼ਕੋਰ ਪੈਂਦੀ ਹੋਵੇ ਇਸ ਤਰ੍ਹਾਂ ਦਾ ਪ੍ਰਕਾਸ਼ ਫੇਰ ਦਿਖਾਈ ਦਿੰਦਾ ਉਹ ਸਾਡਾ ਪਿਤਾ ਹੈ ਅਕਾਲਪੁਰਖ ਵਾਹਿਗੁਰੂ ਜੀ ਹਨ ਹੁਣ ਗੁਰਮੁਖ ਪਿਆਰਿਓ ਉਹ ਧਰਤੀ ਵਿੱਚ ਵੀ ਹੈ ਉਹ ਅੱਗ ਵਿੱਚ ਵੀ ਹੈ ਉਹ ਪਾਣੀ ਵਿੱਚ ਵੀ ਹੈ ਉਹ ਧਰਤੀ ਤੋਂ ਆਕਾਸ਼ ਤੱਕ ਵੀ ਹੈ ਉਹਨੂੰ ਫਿਰ ਆਪਾਂ ਗੁਰਬਾਣੀ ਵਿੱਚ ਸਾਰੇ ਜਣੇ ਵਰਦਿਆਂ ਕਾਰਨ-ਕਾਰਨ ਪ੍ਰਭ ਇੱਕ ਹੈ ਦੂਸਰ ਨਹੀਂ ਕੋਈ ਨਾਨਕ ਇਸ ਬਲੇਹਾਰ ਨੇ ਜਲ ਥਲ ਮਹੀਲ ਸੋਏ ਉਹ ਜਲਾਂ ਥਲਾਂ ਵਿੱਚ ਮਹੀਲ ਦੇ ਵਿੱਚ ਉਹ ਮਾਲਕ ਹੈ ਕਿਉਂਕਿ ਉਹ ਹਰ ਜਗ੍ਹਾ ਤੇ ਹੈ ਨਾ ਤੁਸੀਂ ਕਿਤੇ ਵੀ ਦੁਨੀਆ ਦੇ ਕੋਨੇ 'ਚ ਚਲੇ ਜਾਓ ਬੇਸਮੈਂਟ 'ਚ ਚਲੇ ਜਾਓ ਉੱਪਰ 10 20 50 ਬਿਲਡਿੰਗਾਂ ਉੱਚੀਆਂ ਮੰਜ਼ਲਾਂ ਬਣਾ ਕੇ ਉੱਤੇ ਚਲੇ ਜਾਓ ਤੇ ਉਹ ਹਮੇਸ਼ਾ ਹੀ ਤੁਹਾਡੇ ਸਾਹਮਣੇ ਆ 24 ਘੰਟੇ ਤੁਹਾਡੇ ਸਾਹਮਣੇ ਆ ਤੇ ਕਿਵੇਂ ਤੁਸੀਂ ਜੱਜਮੈਂਟ ਕਰਨੀ ਆ ਕਿ ਉਹ ਸਾਡੇ ਸਾਹਮਣੇ ਆ ਤੁਸੀਂ ਜੱਜਮੈਂਟ ਕਰਨੀ ਆ ਵੀ ਜੇ ਤੁਹਾਨੂੰ ਉੱਥੇ ਵੀ ਸਾਹ ਆ ਰਿਹਾ ਨਾ ਤਾਂ ਸਮਝ ਲਓ ਮਾਲਕ ਸਾਹਮਣੇ ਆ ਕਿਉਂਕਿ ਸਾਹ ਕੌਣ ਦੇ ਰਿਹਾ ਮਾਲਕ ਦੇ ਰਿਹਾ ਗੁਰੂ ਗ੍ਰੰਥ ਸਾਹਿਬਾਰੀ ਬਾਣੀ ਵਿੱਚ ਦੱਸਦੇ ਨੇ ਕਹਿੰਦੇ ਆਪੇ ਕਰਤਾ ਕਰ ਕਰ ਵਿਖੇ ਦੇਂਦਾ ਸਾਸ ਗਰਾਹਾ ਹੈ ਉਹ ਨਾਲੇ ਸਵਾਸ ਦੇ ਰਿਹਾ ਨਾਲੇ ਵਿਖ ਰਿਹਾ ਇਹਨਾਂ ਮਤਲਬ ਕਿ ਦੁਨੀਆ ਦੇ ਕਿਸੇ ਵੀ ਜਗ੍ਹਾ ਤੁਸੀਂ ਚਲੇ ਜਾਓ ਜੇ ਤੁਹਾਨੂੰ ਸਵਾਸ ਆ ਰਿਹਾ ਤੇ ਸਮਝ ਲਓ ਤੁਹਾਡੇ ਸਾਹਮਣੇ ਆ ਇੰਨਾ ਨੇੜੇ ਆ ਮਾਲਕ ਹੁਣ ਉਹ ਕਹਿੰਦੇ ਸੱਚਖੰਡ ਵਸੇ ਨਿਰੰਕਾਰ ਨਿਰੰਕਾਰ ਵਸਦਾ ਸੱਚਖੰਡ ਵਿੱਚ ਤੇ ਹੋਰ ਕੀ ਹੈ ਕਹਿੰਦੇ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਪੜ ਜੇ ਕੋ ਕਥੇ ਤਾਂ ਅੰਤਨੰਦ ਇਹਦੇ ਵਿੱਚ ਹੀ ਸੱਚਖੰਡ ਦੇ ਵਿੱਚ ਧਰਤੀ ਹੈ ਸੱਚਖੰਡ ਵਿੱਚ ਹੀ ਪਤਾਲ ਹੈ ਸੱਚਖੰਡ ਵਿੱਚ ਹੀ ਆਕਾਸ਼ ਹੈ ਸੱਚਖੰਡ ਵਿੱਚ ਹੀ ਤਾਰੇ ਹਨ ਸੂਰਜ ਹੈ ਚੰ드ਰਮਾ ਹੈ ਸਾਰਾ ਕੁਝ ਕਿੰਦੇ ਵਿੱਚ ਸੱਚਖੰਡ ਦੇ ਵਿੱਚ ਤੇ ਉੱਥੇ ਨਿਰੰਕਾਰ ਵਸਦਾ ਪਰ ਨਿਰੰਕਾਰ ਨੂੰ ਪਛਾਨਣਾ ਪਾ ਕਿਉਂਕਿ ਉਹ ਸਦਾ ਰਹਿਣ ਵਾਲਾ ਹੈ ਦੁਨੀਆ ਖਤਮ ਹੋ ਜੇ ਉਹ ਫਿਰ ਵੀ ਰਹੇਗਾ ਜੋ ਤੁਧ ਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੀਂ ਉਹਦੇ ਬੱਚੇ ਆ ਅਸੀਂ ਉਹਦਾ ਰੂਪ ਹਾਂ ਅਸੀਂ ਉਹਦਾ ਰੂਪ ਹਾਂ ਉਹ ਸਮਰੱਥ ਹੈ ਬਹੁਤ ਵੱਡਾ ਹੈ ਅਸੀਂ ਉਹਦੇ ਬੱਚੇ ਛੋਟੇ ਛੋਟੇ ਉਹਦੇ ਰੂਪ ਹਾਂ ਕਿੱਡੇ-ਕਿੱਡੇ ਆ ਪਾਣੀ ਦੀ ਬੂੰਦ ਜੱਡੇ ਕਿੱਡੇ-ਕਿੱਡੇ ਆ ਜੀ ਪਾਣੀ ਦੀ ਬੂੰਦ ਨਾਲੋਂ ਵੀ ਬਰੀਕ ਸਭ ਤੋਂ ਘੱਟ ਜਿੰਨਾ ਸਟਾਰ ਚਮਕਦਾ ਉਹਡੇ-ਉਡੇ ਆਪਾਂ ਤਿਰੰਗਕਾਰ ਦੇ ਬੱਚੇ ਆ ਉਹ ਇੱਕ ਸਾਗਰ ਦੀ ਨਿਆਈਂ ਦੱਸਿਆ ਗਿਆ ਤੇ ਮਨ ਨੂੰ ਇੱਕ ਬੂੰਦ ਦੀ ਨਿਆਈਂ ਦੱਸਿਆ ਗਿਆ ਕਹਿੰਦੇ ਸਾਗਰ ਮੇ ਬੂੰਦ ਬੂੰਦ ਮੇ ਸਾਗਰ ਕਵਨ ਬੁੱਝੈ ਵਿਦ ਜਾਣੇ ਕਹਿੰਦੇ ਕਿਵੇਂ ਬੁੱਝੀਏ ਉਹਨੂੰ ਕਹਿੰਦੇ ਵਿਧੀ ਜਾਣਣੀ ਪੈਗੀ ਵਿਧੀ ਮੀਨ ਜਿਉਗਤੀ ਜੁਗਤੀ ਮੀਨ ਜ ਤਰੀਕਾ ਹਰ ਕੰਮ ਦੀ ਇੱਕ ਜੁਗਤੀ ਹੈ ਹਰ ਕੰਮ ਦੀ ਇੱਕ ਵਿਧੀ ਹੈ ਦੁਨੀਆ ਦਾ ਜਿਹੜਾ ਤੁਸੀਂ ਕੰਮ ਕਰਦੇ ਜੇ ਤੁਸੀਂ ਪਹਿਲਾਂ ਉਹ ਸਿੱਖਿਆ ਹੈ ਬਾਕੀ ਗੱਲ ਆਪਾਂ ਦੂਰ ਨਾ ਜਾਈਏ ਨੇੜੇ ਹੀ ਲਈਏ ਵੀ ਸਕੂਟਰ ਸਾਰਿਆਂ ਨੂੰ ਆਉਂਦਾ ਚਲਾਉਣਾ ਪਰ ਉਹ ਵੀ ਸਿੱਖਿਆ ਤਾਂ ਹੀ ਚਲਾਉਣਾ ਆ ਨਾ ਹੁਣ ਕੋਈ ਪਰਵਾਹ ਨਹੀਂ ਕਰਦੇ ਫਟਾਫਟ ਲੈ ਜਾਂਦੇ ਕਿ ਕੁਮਾਰ ਪਹਿਲਾਂ ਕਿ ਕੁਮਾਰ ਲੱਗੇ ਵੀ ਸੋਚਦੀ ਸੀ ਗੇਅਰ ਪਾਉਣ ਲੱਗੇ ਵੀ ਕਿਤੇ ਂਗਾਹ ਤੋਂ ਚੱਕਿਆ ਨਾ ਜਾਏ ਹਨਾ ਲੇਕਿਨ ਅਭਿਆਸ ਹੋ ਗਿਆ ਤੇ ਕੋਈ ਪਰਵਾਹ ਹੀ ਨਹੀਂ ਮਿੰਟੋਂ ਮਿੰਟ ਅੱਖਾਂ ਵਿੱਚ ਕਿ ਜਿੱਥੇ ਮਾਦੀ ਲੈ ਜਾਏ ਇਸੇ ਤਰ੍ਹਾਂ ਹਰ ਕੰਮ ਦੀ ਯੁਗਤੀ ਹੈ ਵਿਧੀ ਹੈ ਤੇ ਜੇ ਮਾਲਕ ਨੂੰ ਮਿਲਣਾ ਉਹਨੂੰ ਵੀ ਮਿਲਣ ਦੀ ਯੁਗਤੀ ਹੈ ਵਿਧੀ ਹੈ ਉਹ ਯੁਗਤੀ ਤੁਸੀਂ ਕਿਤੇ ਦੂਰੋਂ ਨਹੀਂ ਲੈਣੀ ਹੈ ਤੁਹਾਡੇ ਸਾਰਿਆਂ ਦੇ ਅੰਦਰ ਲੇਕਿਨ ਲਾਉਣੀ ਸਿੱਖਣੀ ਆ ਕੀ ਕਰਨਾ ਜੀ ਵਿਜੁਗਤੀ ਵਿਧੀ ਅਪਣਾਉਣੀ ਸਿੱਖਣੀ ਆ ਹੈ ਸਾਰਿਆਂ ਦੇ ਅੰਦਰ ਤੇ ਕੀ ਕਹਿੰਦੇ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਚ ਕਹਿੰਦੇ ਜੀਆਂ ਅੰਦਰ ਜੁਗਤ ਸਮਾਈ ਜੀਆਂ ਅੰਦਰ ਜੁਗਤ ਸਮਾਈ ਰਹੋ ਨਰਾਲਮਰਾਇਆ ਜਗ ਤਿਸ ਕੀ ਛਾਇਆ ਜਿਸ ਬਾਪ ਨਾ ਮਾਇਆ ਕਹਿੰਦੇ ਜਾਗੋਂ ਦੀ ਛਾਂ ਹੈ ਜਿੰਦਾ ਕੋਈ ਮਾਂ ਪਿਓ ਨਹੀਂ ਤੇ ਮਾਂ ਪਿਓ ਕਹਿੰਦਾ ਨਹੀਂ ਸਾਡਾ ਮਾਂ ਪਿਓ ਹੈ ਸਾਡੇ ਸਰੀਰਾਂ ਦਾ ਮਾਂ ਪਿਓ ਸਾਡੇ ਸਰੀਰਾਂ ਵਰਗਾ ਹੈ ਸਾਡੇ ਬੱਚੇ ਨੇ ਸਾਡੇ ਸਰੀਰਾਂ ਵਰਗੇ ਨੇ ਲੇਕਿਨ ਮਨ ਦਾ ਵੀ ਮਾਂ ਬਾਬ ਹੈ ਮਨ ਦਾ ਮਾਂ ਬਾਬ ਕੌਣ ਹੈ ਮਾਲਕ ਅਕਾਲ ਬੁਰਖ ਹਰਜੀ ਮਾਤਾ ਹਰਜੀ ਪਿਤਾ ਹਮ ਹਰ ਕੇ ਬਾਰਿਕ ਹੁਣ ਉਹ ਜੋ ਸਾਡਾ ਪਿਤਾ ਹੈ ਉਹ ਹਰ ਜਗ੍ਹਾ ਦੇ ਵਿੱਚ ਵੱਸਦਾ ਹੈ ਆਪਾਂ ਉਸ ਮਾਲਕ ਨੂੰ ਪਛਾਣਨਾ ਹੈ ਕੀ ਕਰਨਾ ਜੀ ਪਹਿਚਾਨ ਕਰਨੀ ਹੈ ਜਿਵੇਂ ਸੰਸਾਰ ਦੇ ਉੱਤੇ ਆਪਾਂ ਘਰ ਦੇ ਮੈਂਬਰਾਂ ਦੀ ਪਛਾਣ ਕਰਦੇ ਆ ਜੇ ਕੋਈ ਪੁੱਛਦਾ ਵੀ ਇਹ ਬਜ਼ੁਰਗ ਕੌਣ ਨੇ ਤਾਂ ਆਪਾਂ ਕਹਿੰਦੇ ਜੀ ਇਹ ਮੇਰੇ ਪਿਤਾ ਜੀ ਨੇ ਮੇਰੇ ਬਾਪੂ ਜੀ ਨੇ ਮੇਰੇ ਦਾਦਾ ਜੀ ਨੇ ਆਹ ਕੌਣ ਆ ਮੇਰਾ ਭਰਾ ਆ ਆਪਾਂ ਇੰਟਰੋਡਕਸ਼ਨ ਕਰਾਉਨੇ ਆ ਹੁਣ ਇਧਰ ਮਾਲਕ ਵਿਖਿਆ ਹੀ ਨਹੀਂ ਜੇ ਮਾਲਕ ਦੇਖਾਂਗੇ ਤਾਂ ਉਹਦੀ ਇੰਟਰੋਡਕਸ਼ਨ ਕਰਾ ਸਕਦੇ ਆ ਵੀਰ ਆ ਦੇਖੋ ਜੀ ਇਹ ਮਾਲਕ ਆ ਇਹ ਸਾਡਾ ਅਸਲੀ ਮਾਤਾ ਪਿਤਾ ਹੈ ਇਹ ਸਾਡੇ ਮਨ ਦਾ ਮਾਤਾ ਪਿਤਾ ਹੈ ਇਹ ਮੇਰੇ ਮਨ ਦਾ ਵੀ ਮਾਤਾ ਪਿਤਾ ਹੈ ਤੁਹਾਡੇ ਮਨ ਦਾ ਵੀ ਮਾਤਾ ਪਿਤਾ ਆਪਣੇ ਮਾਤਾ ਪਿਤਾ ਦੇ ਵੀ ਮਨ ਦਾ ਮਾਤਾ ਪਿਤਾ ਆਪਣੇ ਬੱਚਿਆਂ ਦੇ ਵੀ ਮਨ ਦਾ ਮਾਤਾ ਪਿਤਾ ਇਹ ਆ ਅਸਲੀ ਹੁਣ ਉਹਦੀ ਇੰਟਰੋਡਕਸ਼ਨ ਤਾਂ ਹੀ ਕਰਾਵਾਂਗੇ ਜੇ ਉਹਨੂੰ ਦੇਖਾਂਗੇ ਤੇ ਉਹ ਕਹਿੰਦੇ ਮਿਲ ਸਕਦੇ ਪਰ ਯੁਗਤੀ ਤੋਂ ਬਿਨਾ ਮਿਲ ਨਹੀਂ ਸਕਦੇ ਜੀਆਂ ਅੰਦਰ ਜੁਗਤ ਸਮਾਈ ਰਹੋ ਨਰਾਲਮਰਾਇਆ ਜਗ ਤਿਸ ਕੀ ਛਾਇਆ ਜਿਸ ਬਾਪ ਨਾ ਮਾਇਆ ਉਸ ਮਾਲਕ ਦਾ ਕੋਈ ਮਾਈ ਬਾਪ ਨਹੀਂ ਹੈ ਉਹ ਸਾਡਾ ਮਾਈ ਬਾਪ ਹੈ ਉਹ ਆਪਣੇ ਆਪ ਤੋਂ ਪੈਦਾ ਹੋਇਆ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਣ ਸੋਏ ਜਿਨ ਸੇਵਿਆ ਦਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਕਹਿੰਦੇ ਜਿਨਾਂ ਨੇ ਉਹਨੂੰ ਸੇਵਿਆ ਹੁਣ ਅਸੀਂ ਉਹਨੂੰ ਬਹੁਤ ਘਟ ਗਿਣਤੀ ਵਿੱਚ ਗੁਰਮੁਖ ਸੇਵਦੇ ਨੇ ਕਿੰਨੂੰ ਸੇਵਦੇ ਨੇ ਜਿਆਦਾ ਕਾਲ ਨੂੰ ਸੇਉਂਦੇ ਨੇ ਕਿੰਨੂੰ ਜੀ ਕਿੰਦੀ ਪੂਜਾ ਕਰਦੇ ਨੇ ਕਾਲ ਦੀ ਪੂਜਾ ਕਰਦੇ ਨੇ ਨਰੰਕਾਰ ਦੀ ਕੋਈ ਪੂਜਾ ਕਰਦਾ ਹੀ ਨਹੀਂ ਕਿਉਂਕਿ ਕਾਲ ਤੋਂ ਮੰਗਾਂ ਮਿਲਦੀਆਂ ਨੇ ਕਾਲ ਤੋਂ ਦੁਨਿਆਵੀ ਸੁਖ ਸੂਤ ਤਾਂ ਮਿਲਦੀਆਂ ਨੇ ਆ ਵੀ ਮਿਲਦੀ ਆ ਵੀ ਮਿਲਦੀ ਪਰ ਮਾਲਕ ਕੋਲੋਂ ਤਾਂ ਇੱਕੋ ਹੀ ਚੀਜ਼ ਮਿਲਣੀ ਆ ਜਦੋਂ ਇੱਕੋ ਹੀ ਚੀਜ਼ ਮਿਲਣੀ ਉਹ ਉਸ ਚੀਜ਼ ਦਾ ਭੇਦ ਨਹੀਂ ਆਇਆ ਵੀ ਉਹਦੇ ਵਿੱਚ ਸਾਰੀਆਂ ਹੀ ਮੰਗਾਂ ਪੂਰੀਆਂ ਹੋ ਗਈਆਂ ਤੇ ਮਾਲਕ ਕੋਲੋਂ ਮਿਲਣਾ ਕੀ ਮਿਲਣਾ ਹੈ ਨਾਮ ਮਿਲਣਾ ਹੈ ਕੀ ਮਿਲਦਾ ਜੀ ਮਾਲਕ ਕੋਲੋਂ ਨਾਮ ਆਪਾਂ ਸਾਰੇ ਗੁਰਬਾਨੀ ਵਿੱਚ ਵੜਦੇ ਆਂ ਸਤਿਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਵੱਡੇ ਭਾਗਿਆਂ ਦੀ ਲਿਸਟ ਵਿੱਚ ਤੁਸੀਂ ਆ ਜਾਓਗੇ ਜਿਸ ਦਿਨ ਮਾਲਕ ਤੁਹਾਨੂੰ ਨਾਮ ਧੰਨ ਦੇਵੇਗਾ ਤੇ ਉਹ ਨਾਮ ਧੰਨ ਕਿੱਥੇ ਆ ਕਿਤੇ ਬਾਹਰੋਂ ਨਹੀਂ ਮਿਲਣਾ ਸਾਡੇ ਅੰਦਰ ਹੀ ਆ ਨਾ ਉਹਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇ ਇਸ ਕਾ ਅਭਿਸ਼ਰਮ ਕਿੱਥੇ ਆ ਜੀ ਨਾਮ ਸਾਡੀ ਦੇਹੀ ਦੇ ਅੰਦਰ ਸਾਡੀ ਦੇਹੀ ਦੇ ਵਿੱਚ ਨੌਂ ਦਰਵਾਜੇ ਪ੍ਰਗਟ ਕਰ ਦਿੱਤੇ ਜਾਂਦੇ ਨੇ ਦਸਵਾਂ ਗੁਪਤ ਕਰ ਦਿੱਤਾ ਜਾਂਦਾ ਉਹ ਦਸਵੇਂ ਦਵਾਰ ਦੇ ਵਿੱਚ ਨਾਮ ਆ ਤੇ ਹੁਣ ਜਿਹੜਾ ਮਨ ਬੱਚਾ ਇੱਥੇ ਜਾਏਗਾ ਉਸ ਨੂੰ ਨਾਮ ਮਿਲ ਜੇਗਾ ਹੁਣ ਉਹ ਦੱਸਦੇ ਨੇ ਮਹਾਰਾਜ ਕਹਿੰਦੇ ਵੀ ਕਾਲ ਦੀ ਪੂਜਾ ਕਰਦੇ ਨੇ ਸਾਰੇ ਜਦੋਂ ਅਸੀਂ ਗੁਰੂ ਘਰੇ ਵੀ ਜਾਂਦੇ ਆ ਉਦੋਂ ਅਸੀਂ ਨਾਮ ਨਹੀਂ ਮੰਗਦੇ ਕੀ ਮੰਗਦੇ ਆ ਉਹ ਚੀਜ਼ਾਂ ਮੰਗਦੇ ਆ ਜਿਹੜੀਆਂ ਮਾਲਕ ਨੇ ਕਾਲ ਨੂੰ ਸਬੂਰਧ ਕੀਤੀ ਹੋਈਆਂ ਨੇ ਤੇ ਮਾਲਕ ਕਹਿੰਦਾ ਪੁੱਤ ਤੁਸੀਂ ਮੇਰੇ ਤੋਂ ਮੰਗੋ ਨਾਮ ਕੀ ਮੰਗੋ ਨਾਮ ਜਿਨ੍ਹਾਂ ਗੁਰਮੁਖਾਂ ਨੇ ਮਲਾਪ ਕੀਤਾ ਗਾਲਪੁਰਖ ਵਾਹਿਗੁਰੂ ਜੀ ਨਾਲ ਤੇ ਮਾਲਕ ਇੱਕ ਵਾਰੀ ਨਹੀਂ ਪੁੱਛਦਾ ਬਾਰ ਬਾਰ ਪੁੱਛਦਾ ਪੁੱਤ ਦੱਸ ਕੀ ਚਾਹੀਦਾ ਤੇ ਜਿਨ੍ਹਾਂ ਦਾ ਦੁਨਿਆਵੀ ਮਾਇਆ ਨਾਲ ਪਿਆਰ ਹੁੰਦਾ ਤੇ ਉਹ ਕਹਿੰਦੇ ਜੀ ਕੋਈ ਕਹਿੰਦਾ ਮੈਨੂੰ ਧੀ ਚਾਹੀਦੀ ਕੋਈ ਕਹਿੰਦਾ ਪੁੱਤ ਚਾਹੀਦਾ ਕੋਈ ਕਹਿੰਦਾ ਘਰ ਚਾਹੀਦਾ ਕੋਈ ਕਹਿੰਦਾ ਨੌਕਰੀ ਚਾਹੀਦੀ ਹੈ ਕੋਈ ਕਹਿੰਦਾ ਬਾਹਰ ਜਾਣਾ ਕੋਈ ਕੁਛ ਕੋਈ ਕੁਛ ਕੋਈ ਕੁਛ ਇਹ ਸਾਰੀਆਂ ਦੁਨਿਆਵੀ ਮੰਗਾ ਮੰਗਦੇ ਨੇ ਤੇ ਮਾਲਕ ਕੀ ਕਹਿੰਦਾ ਕਹਿੰਦਾ ਪੁੱਤ ਨਾਮ ਮੰਗੋ ਤੇ ਜਿੰਦੇ ਗੁਰਮੁਖਾਂ ਦਾ ਮਲਾਪ ਹੋਇਆ ਫਿਰ ਉਹਨਾਂ ਨੇ ਕੀ ਕਿਹਾ ਕਹਿੰਦੇ ਤੂੰ ਮਾਲਕ ਮੇਰਾ ਜਜਮਾਨ ਆ ਜਜਮਾਨ ਕਹਿੰਦੇ ਨੇ ਬਹੁਤ ਹੀ ਸਤਿਕਾਰਯੋਗ ਸ਼ਬਦ ਨੂੰ ਕਿ ਰਿਸਪੈਕਟਡ ਸ਼ਬਦ ਆ ਕਹਿੰਦੇ ਕਰਤਾ ਤੂੰ ਮੇਰਾ ਜਜਮਾਨ ਇੱਕ ਦਸ਼ਨਾ ਹੌਤੈ ਪੈ ਮੰਗਉਂਦੇ ਹੋ ਆਪਣਾ ਨਾਮ ਮੈਂ ਕੋਈ ਦਸ਼ਨਾ ਮੰਗਦਾ ਮਹਾਰਾਜ ਤੇਤੋਂ ਦਸ਼ਨਾ ਦੇ ਵਿੱਚ ਮੰਗਦਾ ਨਾਮ ਤੇ ਮੈਨੂੰ ਨਾਮ ਦੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਵਿਣ ਤੋਂ ਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖਿਆ ਉਤਰੇ ਮਨ ਕੀ ਭੋਖ ਸੱਚੇ ਪਾਛਾ ਮੈਨੂੰ ਨਾਮ ਦੇ ਮੈਨੂੰ ਕੁਝ ਨਹੀਂ ਚਾਹੀਦਾ ਮੇਰੀ ਭੁੱਖ ਮਿਟ ਜੇ ਮੇਰੀਆਂ ਤ੍ਰਿਸ਼ਨਾਵਾਂ ਮਿਟ ਜਾਣਗੀਆਂ ਮੈਨੂੰ ਨਾਮ ਦੇ ਤੇ ਨਾਮ ਨਹੀਂ ਕੋਈ ਮੰਗਦਾ ਜਿਹੜਾ ਗੁਰਮੁਖ ਸੰਗਤ ਵਿੱਚ ਆ ਕੇ ਸਾਡੇ ਕੋਲੇ ਵਿਚਾਰ ਕਰਦਾ ਨੇ ਤੇ ਉਹ ਕਹਿੰਦਾ ਜੀ ਮੈਨੂੰ ਕੁਝ ਨਹੀਂ ਚਾਹੀਏ ਮੈਨੂੰ ਨਾਮ ਦੀ ਕਿਰਪਾ ਹੋ ਜੀ ਤੁਸੀਂ ਜੀਕੀਨ ਕਰਿਓ ਵੈਗਰੂ ਸਾਨੂੰ ਖੁਸ਼ੀ ਇੰਨੀ ਹੋ ਜਾਂਦੀ ਜਿਹੜਾ ਨਾਮ ਮੰਗਦਾ ਹੈ ਕਹਿੰਦੇ ਸ਼ੁਕਰ ਹੈ ਮਾਲਕਾ ਕੋਈ ਤਾਂ ਤੇਰਾ ਬੱਚਾ ਸੰਗਤ ਚ ਆਇਆ ਜਿਹੜਾ ਨਾਮ ਮੰਗਦਾ ਕਿਉਂਕਿ ਜੇ ਆਪਾਂ ਚਾਹੀਏ ਨਾ ਵੀ ਨਾਮ ਤੋਂ ਬਿਨਾ ਸਾਡਾ ਮਲਾਪ ਹੋ ਜੇਗਾ ਤੇ ਗੁਰਮੁਖੋਂ ਨਹੀਂ ਹੋਣਾ ਇਹ ਭਲੇਖਾ ਕੱਢ ਦਿਓ ਨਾਮ ਤੋਂ ਬਿਨਾ ਮਲਾਪ ਨਹੀਂ ਹੋਣਾ ਹੁਣ ਆਪਾਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੋ ਨਾਮ ਹੈ ਉਹ ਸਾਨੂੰ ਕਿੱਥੋਂ ਮਿਲੇਗਾ ਕੋਈ ਕਹਿੰਦਾ ਜੀ ਮੈਂ ਨਾਮ ਲਿਆ ਹੈ ਮੈਨੂੰ ਨਾਮ ਮਿਲਿਆ ਫਲਾਨੀ ਜਗ੍ਹਾ ਤੋਂ ਮੈਂ ਨਾਮ ਲਿਆ ਮਹਾਰਾਜ ਕਹਿੰਦੇ ਕੋਈ ਬੰਦਾ ਨਾਮ ਦੇ ਹੀ ਨਹੀਂ ਸਕਦਾ ਨਾਮ ਤਾਂ ਖੁਦ ਮਾਲਕ ਨੇ ਦੇਣਾ ਕਿੰਨੇ ਦੇਣਾ ਹੈ ਮਾਲਕ ਨੇ ਦੇਣਾ ਨਾਮ ਨਾਮ ਕੀ ਹੈ ਜੀ ਮਾਲਕ ਦੀ ਆਵਾਜ਼ ਜਿਹਨੂੰ ਉਹ ਸੁਣਾਏਗਾ ਜਿਹਨੂੰ ਪਹਿਚਾਨ ਆ ਗਈ ਕાન ਸੁਣੇ ਪਹਿਚਾਨ ਨਾ ਤਿੰਸਿਓ ਲਿਬ ਲਾਗੀ ਮੋਰੀ ਪਗ ਇਨਸਿਓ ਪਹਿਚਾਨ ਆ ਗਈ ਕਿੱਥੇ ਪਹਿਚਾਨ ਆਏਗੀ ਨਾਮ ਦੀ ਸੰਗਤ ਵਿੱਚ ਆ ਗਈ ਕਹਿੰਦੇ ਧੰਨ ਧੰਨ ਗੁਰੂ ਪੂਰਾ ਪ੍ਰਭ ਪਾਇਆ ਲੱਗ ਸੰਗਤ ਨਾਮ ਪਛਾਣੇ ਸੰਗਤ ਵਿੱਚ ਆ ਕੇ ਤੁਸੀਂ ਬੈਠੇ ਹੋ ਅੱਜ ਸੰਗਤ ਕੀਤੀ ਫੇਰ ਕੀਤੀ ਕਲਾਸਾਂ ਲਾਈਆਂ ਹੌਲੀ ਹੌਲੀ ਤੁਹਾਨੂੰ ਨਾਮ ਦੀ ਪਹਿਚਾਣ ਆ ਜਾਏਗੀ ਕਿਉਂਕਿ ਜਿਹੜੇ ਗੁਰਮੁਖ ਨਵੇਂ ਨੂੰ ਸੁਣੇਗਾ ਉਹ ਕਹੇਗਾ ਆਣ ਕੇ ਮੈਨੂੰ ਆਵਾਜ਼ ਹੁੰਦੀ ਹੈ ਤੇ ਜਿਹੜੇ ਗੁਰੂ ਘਰ ਦੇ ਨੌਕਰ ਨੇ ਉਹ ਦੱਸਣਗੇ ਜੀ ਇਹ ਨਾਮ ਆ ਫਿਰ ਜਿਹਨੂੰ ਨਹੀਂ ਸੁਣਦੀ ਉਹਨੂੰ ਵੀ ਹੋ ਗਿਆ ਵੀ ਮੈਨੂੰ ਵੀ ਛੇਤੀ ਸੁਣੇ ਤੇ ਮਮੇ ਵੱਡੇ ਭਾਗਾਂ ਵਾਲਾ ਬਣ ਜਾ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਬੜ ਭਾਗੀ ਹੈ ਅੱਗੇ ਫਿਰ ਕੀ ਕਹਿੰਦੇ ਕਹਿੰਦੇ ਨਾਮ ਅਮੁੱਲਕ ਰਤਨ ਹੈ ਨਾਮ ਅਮੁੱਲਕ ਰਤਨ ਹੈ ਪੂਰੇ ਸਤਿਗੁਰੂ ਪਾਸ ਸਤਿਗੁਰੂ ਸੇਵੇ ਲੱਗਿਆਂ ਕੱਢ ਰਤਨ ਦੇਵੇ ਪ੍ਰਕਾਸ਼ ਕਹਿੰਦੇ ਜਿਹੜਾ ਮਾਲਕ ਦੀ ਸੇਵਾ ਕਰੇਗਾ ਉਹਨੂੰ ਰਤਨ ਕੱਢ ਕੇ ਮਾਲਕ ਦੇ ਦੇਗਾ ਵਾਹ ਹੈ ਨਾਮ ਨਾਮ ਰਤਨ ਜਿੰਨੇ ਸਾਡੇ ਨਾਲ ਜਾਣਾ ਹੈ ਜਿੰਨੇ ਸਾਡੇ ਜੈ ਮਹਾ ਭਿਆਨ ਦੂਤ ਜਮੰਦਲ ਹੈ ਤੇ ਕੇਵਲ ਨਾਮ ਸੰਗ ਤੇਰੇ ਚੱਲੇ ਨਾਮ ਨੇ ਸੰਗ ਸੰਗ ਜਾਣਾ ਹੈ ਦੁਨੀਆ ਦੀ ਕਿਸੇ ਚੀਜ਼ ਨੇ ਨਾਲ ਨਹੀਂ ਜਾਣਾ ਜਿਹੜੇ ਗੁਰਮੁਖ ਨਾਮ ਵਿੱਚ ਸਮਾ ਗਏ ਨਾਮ ਰੂਪ ਹੋ ਜਾਣਗੇ ਸ਼ਬਦ ਰੂਪ ਹੋ ਜਾਣਗੇ ਉਹ ਤੁਹਾਨੂੰ ਉੱਥੇ ਖੜੇ ਦਿਸਣਗੇ ਤੇ ਜੇ ਆਪਾਂ ਦੂਸਰੇ ਨੂੰ ਕਹੀਏ ਜਿਹਨੂੰ ਨਾਮ ਦਾ ਹੀ ਭੇਦ ਨਹੀਂ ਉਹ ਖੜਾ ਦੇਸੂਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂਕਿ ਮਾਲਕ ਉੱਥੇ ਵਹਿਲਾ ਨਹੀਂ ਰੱਖਦਾ ਕਿਸੇ ਨੂੰ ਇੱਥੇ ਧਾਰਾ ਮਾਲਕ ਦਾ ਇੱਥੇ ਇੱਥੋਂ ਸਾਸ ਅੰਦਰ ਦੀ ਜੇ ਖੱਬੇ ਪਾਸੇ ਦੀ ਸਾਹ ਗਿਆ ਹੈ ਹਾਂਜੀ ਉਹ ਸੱਜੇ ਪਾਸੇ ਦੀ ਐ ਘੁੰਮ ਕੇ ਖੱਬੇ ਪਾਸੇ ਦੀ ਐਂਟਰ ਕਰਕੇ ਸੱਜੇ ਪਾਸੇ ਦੀ ਨਿਕਲੇਗਾ ਜੇ ਸੱਜੇ ਪਾਸੇ ਦੀ ਗਿਆ ਧੁੰਨੀ ਤੱਕ ਆ ਕੇ ਤੇ ਫਿਰ ਇਧਰ ਦੀ ਖੱਬੇ ਪਾਸੇ ਦੀ ਨਿਕਲ ਜਾਏਗਾ ਉਹ ਸਾਹ ਇਥੋਂ ਐ ਘੁੰਮਦਾ ਹੈ ਐ ਇਥੋਂ ਇਧਰ ਨੂੰ ਤੇ ਬੜੇ ਬਰੀਕ ਸੁਰਾਖ ਨੇ ਬਾਹਰੋਂ ਕਿੰਨਾ ਨੱਕ ਚੌੜਾ ਅੰਦਰ ਬਿਲਕੁਲ ਰਾਈ ਦੇ ਦਾਣੇ ਤੋਂ ਵੀ ਬਰੀਕ ਅੰਦਰ ਇਹਨਾਂ ਸੁngੜਿਆ ਹੈ ਅੰਦਰਲਾ ਜਿੰਦੇ ਵਿੱਚ ਪੌਣ ਚੱਲਦੀ ਹੈ ਸਾਹ ਚੱਲਦਾ ਹੈ ਉਹ ਪੌਣ ਉਹ ਸਾਹ ਇਥੋਂ ਆ ਜਾਂਦਾ ਹੈ ਇਧਰੋਂ ਐ ਬਦਲਦਾ ਰਹਿੰਦਾ ਐ ਬਦਲਦਾ ਰਹਿੰਦਾ ਉਹ ਜਿਹੜਾ ਮਨਮੁਖ ਹੁੰਦਾ ਉਹ ਕਦੀ ਬਗਾਨਿਆਂ ਦੀ ਤਰ੍ਹਾਂ ਐ ਨੂੰ ਚਲਾ ਜਾਂਦਾ ਕਦੀ ਐ ਨੂੰ ਕਿਵੇਂ ਫੁਰਨੇ ਆਜੇ ਸੋਚਾਂ 'ਚ ਖਿਆਲਾਂ 'ਚ ਕੋਈ ਚਿੰਤਾ ਲੱਗੀ ਉਹ ਸੋਚੀ ਜਾਂਦੇ ਆ ਕੋਈ ਹੋਰ ਦੇਣ ਲੈਣ ਦਾ ਖਿਆਲ ਆ ਕੋਈ ਲੈ ਕੇ ਮੁੱਕਰ ਗਿਆ ਤਾਂ ਉਹ ਸੋਚੀ ਜਾਂਦੇ ਆ ਤੇ ਮਹਾਰਾ ਜੀ ਕੀ ਕਹਿੰਦੇ ਇਹ ਕਹਿੰਦੇ ਪੁੱਤ ਬਗਾਨਿਆਂ ਵਾਂਗੂ ਕਦੀ ਐ ਨੰਗ ਜੰਨਾ ਕਦੀ ਐ ਨੰਗ ਨਾ ਕਹਿੰਦਾ ਘਰੇ ਤਾਂ ਆ ਜਾ ਕਿਹੜੇ ਘਰੇ ਨਿੱਜ ਮਹਿਲ ਨਿੱਧਕਾਰ ਮਹਿਲ ਬਾਵ ਸੁਖ ਸਹਿਜ ਜੇ ਬਹੁਰ ਨਾ ਹੋਏਗੋ ਫੇਰਾ ਫਿਰਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾ ਫਿਰ ਘਰ ਕਿੱਥੇ ਆ ਨਿਜ ਮਹਿਲ ਕਿੱਥੇ ਆ ਪੁੱਛੋ ਜੇ ਸੰਗਤ ਵਿੱਚ ਉੱਠ ਕੇ ਪੁੱਛੋਗੇ ਫੇਰ ਹੀ ਅਗਲਾ ਦੱਸੂਗਾ ਜੇ ਪੁੱਛੋਗੇ ਨਹੀਂ ਤਾਂ ਫੇਰ ਅਗਲਾ ਕੀ ਦੱਸੇਗਾ ਸੁਣ ਕੇ ਆਗੇ ਬਸ ਉੱਥੇ ਛੱਡਿਆ ਸਰ ਨਹੀਂ ਪੱਲੇ ਬੰਨ ਕੇ ਕੁਝ ਲੈ ਕੇ ਆਓ ਉੱਥੇ ਪੁੱਛੋ ਜਿਹੜੇ ਫਿਰ ਘਰ ਸ਼ਬਦ ਪੜ੍ਹਦੇ ਨੇ ਨਿਜ ਮਹਿਲ ਪੜ੍ਹਦੇ ਨੇ ਉਹਨਾਂ ਨੂੰ ਉੱਠ ਕੇ ਪੁੱਛੋ ਦੱਸੋ ਜੀ ਸਾਨੂੰ ਨਿਜ ਮਹਿਲ ਕਿੱਥੇ ਆ ਦੱਸੋ ਜੀ ਤੁਹਾਨੂੰ ਫਿਰ ਘਰ ਕਿੱਥੇ ਆ ਫੇਰ ਕੀ ਕਹਿੰਦੇ ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਮਨਮੁਖ ਹੰਕਾਰੀ ਮਹਿਲ ਨਾ ਜਾਣੇ ਖਿੰਨ ਅਗੇ ਖਿੰਨ ਪਿਛੇ ਸਦਾ ਬੁਲਾਇਏ ਮਹਿਲ ਨ ਆਵੇ ਕਿਉਂ ਕਰ ਦਰਗੇ ਸਜ ਕਹਿੰਦੇ ਕਿਉਂ ਤੁਸੀਂ ਸਜਾ ਦੇ ਭਾਗੀਦਾਰ ਬੰਦੇ ਹੋ ਤੁਸੀਂ ਮਹਿਲ ਵਿੱਚ ਆਵੋ ਮਹਿਲ ਵਿੱਚ ਸੋਖੀ ਸੁਖ ਉੱਚੋ ਥਾਨ ਸੁਹਾਵਨੋ ਉੱਪਰ ਮਹਿਲ ਮੁਰਾਰ ਸੱਚ ਕਰਨੀ ਤੇ ਪਾਈਏ ਦਰ ਕਰ ਮਹਿਲ ਪਿਆਰ ਉਹਨੂੰ ਸੁਖ ਮਹਿਲ ਵੀ ਕਹਿੰਦੇ ਨੇ ਉੱਥੇ ਸੋਖੀ ਹੈ ਨਾ ਜੇ ਉੱਥੇ ਸੁਖ ਨਹੀਂ ਤੇ ਫਿਰ ਆਪਾਂ ਜਾਣਾ ਨਹੀਂ ਚਾਹਾਂਗੇ ਉੱਥੇ ਸੁਖ ਮਾਣੀ ਆਪਾਂ ਦੁਖੀ ਕਿਉਂ ਰਹੀਏ ਇੱਥੇ ਆਪਾਂ ਦੁਖੀ ਰਹਿੰਦੇ ਆਂ ਜਦੋਂ ਮਹਿਲ ਵਿੱਚ ਚਲੇ ਜਾਨੇ ਉੱਥੇ ਕੋਈ ਲੈਣ ਦਾ ਨਹੀਂ ਕੋਈ ਦੇਣ ਦਾ ਨਹੀਂ ਬੇਫਿਕਰ ਹੁੰਨੇ ਆ ਉੱਥੇ ਸੁੱਖ ਮਿਲਦਾ ਹੈ ਨਿਧਿਕਰ ਮਹਿਲ ਪਾਵ ਸੁਖ ਸਹਜੇ ਬਹਰ ਨ ਹੋਏ ਕੋ ਲੱਭਣਾ ਪੈ ਗਿਆ ਨਿਜ ਮਹਿਲ ਕਿੱਥੇ ਆ ਲੱਭ ਕੇ ਫਿਰ ਉੱਥੇ ਜਾਣਾ ਤੁਸੀਂ ਜੇ ਉਹ ਮਹਿਲ ਵਿੱਚ ਪਹੁੰਚੋਗੇ ਤਾਂ ਸੁੱਖ ਮਿਲੇਗਾ ਨਾ ਜੇ ਹੁਣ ਪਹੁੰਚੇ ਹੀ ਨਹੀਂ ਆਪਾਂ ਤੇ ਫਿਰ ਸੁੱਖ ਗਈਏ ਸੁੱਖ ਮਿਲ ਜੇ ਸੁੱਖ ਨਹੀਂ ਮਿਲਣਾ ਤੇ ਹੁਣ ਗੁਰਮੁਖ ਪਿਆਰਿਓ ਗੁਰਬਾਣੀ ਦੇ ਵਿੱਚ ਆਪਾਂ ਨੂੰ ਦੱਸਿਆ ਗਿਆ ਹੈ ਕਹਿੰਦੇ ਜਦੋਂ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਹੋਣਾ ਹੈ ਜਾ ਸੰਗਤ ਵਿੱਚ ਸਨਮੁਖ ਹੋਣਾ ਹੈ ਜਾਂ ਘਰੇ ਬੈਠ ਕੇ ਸਿਮਨ ਕਰਕੇ ਸਹਿਜ ਚ ਜਾਣਾ ਹੈ ਤੇ ਨਾਮ ਮੰਗੋ ਕੀ ਮੰਗੋ ਜੀ ਸਿਰਫ ਤੇ ਸਿਰਫ ਨਾਮ ਮੰਗੋ ਕਿਹੜਾ ਨਾਮ ਮੰਗੋ ਜਿਹੜਾ ਲਿਖਨ ਪਣਚ ਨਹੀਂ ਆਉਂਦਾ ਜਿਹੜਾ ਜਿਹਨੂੰ ਕਲਮ ਕਾਗਜ਼ ਤੇ ਲਿਖ ਨਹੀਂ ਸਕਦੀ ਉਹ ਨਾਮ ਮੰਗੋ ਕਾਗਜ਼ ਕਲਮ ਨਾਲ ਲਿਖਨਹਾਰ ਮੰਨੇ ਕਾਬ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ ਉਹ ਸਿਰਫ ਸੁਣ ਵਿੱਚ ਆਉਂਦਾ ਕਹਿੰਦੇ ਮਨ ਜੀਵੇ ਨਾਮ ਸੁਣ ਤੇਰਾ ਕਹਿੰਦੇ ਮਨ ਤਾਂ ਜਿਉਂਦਾ ਮਹਾਰਾਜ ਜੀ ਤੇਰਾ ਨਾਮ ਸੁਣਦਾ ਤੇ ਉਹ ਨਾਮ ਆਪਣੇ ਜਿਨ੍ਹਾਂ ਨੇ ਪਿੱਛੋਂ ਤੁਰ ਕਰਮ ਲਿਖਾਇਆ ਹੋਇਆ ਉਹ ਉਹ ਨੇੜੇ ਆ ਜਾਂਦੇ ਨਾਮ ਦੇ ਉਹਨਾਂ ਨੂੰ ਮਾਲਕ ਨੇੜੇ ਕਰ ਦਿੰਦਾ ਨਾਮ ਦੇ ਨਾਮ ਨੇ ਮਲਾਪ ਕਰਾਉਣਾ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਨ ਪਵਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੁਖਖੰਡ ਬ੍ਰਹਮੰਡਾ ਹੈ ਸਰਗਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋ ਆ ਤਿਤ ਕਰ ਅਨਹਦ ਵਾਜੇ ਅਨਹਦ ਵਾਜੇ ਉਹ ਆ ਨਾਮ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗ ਦੇਖੋ ਕਿੰਨੀ ਮਹਿਮਾ ਹੋ ਰਹੀ ਕੋਈ ਐਸਾ ਸ਼ਬਦ ਹੈ ਜਿੰਦੇ ਚ ਨਾਮ ਜ਼ਿਕਰ ਨਹੀਂ ਆਉਂਦਾ ਨਾਮ ਅਨਹਦ ਸ਼ਬਦ ਸਹਿਤ ਤੁਨ ਇੱਕੋ ਹੀ ਗੱਲ ਆ ਕਿ ਅੰਗਰੇਜ਼ਾ ਉਹਦੇ ਪੰਜ ਸ਼ਬਦ ਇੱਕੋ ਹੀ ਗੱਲ ਆ ਜਿਕਰ ਆਉਂਦਾ ਹਰ ਸ਼ਬਦ ਦੇ ਵਿੱਚ ਜਿਕਰ ਆਉਂਦਾ ਲੇਕਿਨ ਅਸੀਂ ਖੋਜੀ ਬਣਨਾ ਹੈ ਅਸੀਂ ਖੋਜੀ ਬਣਨਾ ਹੈ ਖੋਜੀ ਬਣ ਕੇ ਉਹ ਨਾਮ ਤੱਕ ਪਹੁੰਚਣਾ ਹੈ ਮਾਲਕ ਤੋਂ ਬਾਰ ਬਾਰ ਮੰਗੀ ਜਾਣਾ ਮੰਗੀ ਜਾਣਾ ਹੈ ਸੱਚੇ ਬਾਦਸ਼ਾਹ ਮੈਨੂੰ ਨਾਮ ਦੇ ਮੈਨੂੰ ਨਾਮ ਮੈਨੂੰ ਕੁਝ ਨਹੀਂ ਚਾਹੀਦਾ ਜਦੋਂ ਤੁਸੀਂ ਬਾਕੀ ਸਾਰੀਆਂ ਮੰਗਾਂ ਦੇ ਐਨ ਕਾਂਟਾ ਮਾਰ ਦਿਓਗੇ ਨਾਮ ਮੰਗੋਗੇ ਤੇ ਮਾਲਕ ਉਹੀ ਚੀਜ਼ ਦਊ ਪਾਲਦਾ ਵੀ ਮੇਰਾ ਪੁੱਤ ਮੰਗੇ ਤਾਂ ਸਹੀ ਮੈਂ ਉਦੋਂ ਹੀ ਨਾਮ ਕੱਢ ਕੇ ਦੇ ਦਿਆਂਗਾ ਤੇ ਜਦੋਂ ਬਿਨ ਬੋਲਿਆਂ ਜਾਣਦਾ ਸਾਰਾ ਕੁਝ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਉਹਨੂੰ ਪਤਾ ਨਹੀਂ ਕਿ ਮੇਰਾ ਬੱਚੇ ਨੇ ਹੁਣ ਦੁਨਿਆਵੀ ਚੀਜ਼ਾਂ ਮਾਇਆ ਸਾਰੀ ਤੇ ਕਾਟਾ ਮਾਰਤਾ ਸਿਰਫ ਨਾਮ ਮੰਗ ਰਿਹਾ ਤੇ ਫਿਰ ਉਹ ਦੇਰੀ ਨਹੀਂ ਲਾਉਂਦਾ ਐਟ ਅ ਟਾਈਮ ਨਾਮ ਕੱਢ ਕੇ ਦਿੰਦਾ ਹੁਣ ਕਹਿੰਦਾ ਵੀ ਬੋ ਤੇ ਨਾਮ ਨੂੰ ਸੁਣ ਕੇ ਫਟਾਫਟ ਮੇਰੇ ਕੋਲ ਆ ਮੇਰੇ ਕੋਲੇ ਆਏਗਾ ਘਨੇਰੇ ਸੁਖ ਪਾਏਗਾ ਤੁਮਰੀ ਕਿਰਪਾ ਮੇ ਸੁਖ ਘਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਉਹ ਮਾਲਕ ਸੱਚਖੰਡ ਵਿੱਚ ਵੱਸਦਾ ਹਰ ਜਗ੍ਹਾ ਸੱਚਖੰਡ ਹੈ ਉਹਦੇ ਵਿੱਚ ਆਪਣੇ ਆ ਸਰੀਰ ਬੈਠੇ ਨੇ ਠੀਕ ਹੈ ਨਹੀਂ ਉਹ ਸਾਡੇ ਮਨ ਦੇ ਅੰਦਰ ਹੈ ਉਹ ਸਾਡੇ ਮਨ ਦੇ ਬਾਹਰ ਆ ਮਨ ਨੇ ਉਹਦੇ ਵਿੱਚ ਸਮਾਉਣਾ ਹੈ ਕਿੰਨੇ ਸਮਾਉਣਾ ਹੈ ਮਨ ਨੇ ਹੁਣ ਗੁਰਮੋ ਪਿਆਰਿਓ ਇਹ ਜੋ ਸੱਚਖੰਡ ਹੈ ਇਹਦੇ ਵਿੱਚ ਆਪਾਂ ਮਾਲਕ ਦੀ ਪਹਿਚਾਨ ਕਰਨੀ ਹੈ ਜਦੋਂ ਤੁਹਾਨੂੰ ਨਾਮ ਤੁੰ ਸੁਣਨ ਲੱਗ ਗੀ ਅੰਮ੍ਰਿਤ ਰਸ ਆਉਣ ਲੱਗਾ ਮੂੰਹ ਮਿੱਠਾ ਹੋਣ ਲੱਗਾ ਬਿਨਾ ਮਿੱਠਾ ਖਾਦੇ ਤੇ ਉਹਨੂੰ ਅੰਮ੍ਰਿਤ ਰਸ ਕਹਿੰਦੇ ਨੇ ਨਾਮ ਰਸ ਕਹਿੰਦੇ ਨੇ ਹਰ ਰਸ ਕਹਿੰਦੇ ਨੇ ਆਤਮਿਕ ਰਸ ਕਹਿੰਦੇ ਨੇ ਅੱਗੇ ਜਾ ਕੇ ਉਹਨੂੰ ਬ੍ਰਹਮ ਰਸ ਕਹਿੰਦੇ ਨੇ ਇਹ ਦੋ ਹੀ ਨਿਸ਼ਾਨੀਆਂ ਨੇ ਮਾਲਕ ਦੇ ਦਰ ਦੀਆਂ ਇਹ ਨਿਸ਼ਾਨੀਆਂ ਪ੍ਰਗਟ ਹੋਈਆਂ ਤੇ ਫਿਰ ਪੰਜਾਂ ਪਿਆਰਿਆਂ ਨੇ ਗੁਰੂ ਰੂਪ ਨੇ ਇਹ ਨਿਸ਼ਾਨੀਆਂ ਦੇ ਬਾਰੇ ਤੁਹਾਡੇ ਤੋਂ ਜਾਣਕਾਰੀ ਲੈਣੀ ਹੈ ਤੁਹਾਡਾ ਇਮਤਿਹਾਨ ਲੈਣਾ ਟੈਸਟ ਲੈਣਾ ਹਾਂਜੀ ਤੁਹਾਨੂੰ ਨਾਮ ਸੁਣਦਾ ਹੈ ਸ਼ਬਦ ਸੁਣਦਾ ਤੇ ਜਿੰਨਾਂ ਨੂੰ ਸੁਣਦਾ ਉਹਨਾਂ ਨੂੰ ਕਹਣਾ ਇੱਧਰ ਆ ਜਾਓ ਜੀ ਅੰਮ੍ਰਿਤ ਰਸ ਆਉਂਦਾ ਆਉਂਦਾ ਇੱਧਰ ਆ ਜਾਓ ਜੀ ਜਿੰਨਾਂ ਨੂੰ ਅੰਮ੍ਰਿਤ ਰਸ ਨਹੀਂ ਆਉਂਦਾ ਅਨਰ ਸ਼ਬਦ ਨਹੀਂ ਸੁਣਦਾ ਨਾਮ ਨਹੀਂ ਸੁਣਦਾ ਤੁਸੀਂ ਇੱਧਰ ਆ ਜਾਓ ਜੀ ਹਾਂਜੀ ਤਾਂ ਫਿਰ ਸਿਲੇਕਸ਼ਨ ਹੁੰਦੀ ਹੈ ਜਦੋਂ ਸਿਲੇਕਸ਼ਨ ਹੁੰਦੀ ਹੈ ਪੰਜ ਪਿਆਰੇ ਗੁਰੂ ਰੂਪ ਫਿਰ ਪਰਦਾ ਲਾਉਂਦੇ ਆ ਕੀ ਕਰਦੇ ਜੀ ਪਰਦਾ ਲਾਉਂਦੇ ਆ ਜੋ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਸਾਰੇ ਜਾਣੇ ਨਿਕਟ ਸੁਣਿਓ ਔਰ ਪੇਖਿਓ ਨਹੀਂ ਸਉਂਦਿਆ ਮਾਲਕ ਨੇੜੇ ਆ ਪਰ ਦਿਸਦਾ ਨਹੀਂ ਕਹਿੰਦੇ ਇਹੀ ਤਾਂ ਦੁੱਖ ਆ ਜੇ ਨੇੜੇ ਆ ਫਿਰ ਦਿਸਦਾ ਕਿਉਂ ਨਹੀਂ ਨੇਕ ਤ ਸੁਣਿਓ ਔਰ ਪੇਖਿਓ ਨਹੀਂ ਭਰਮ ਭਰਮ ਦੁੱਖ ਭਰੀਆ ਹੋਏ ਕਿਰਪਾਲ ਗੁਰ ਲਾਇਓ ਪਾਰ ਦੋ ਮਿਲਿਓ ਲਾਲ ਮਨ ਹਰੀਆ ਕਹਿੰਦੇ ਗੁਰੂ ਖੁਸ਼ ਹੋ ਜੇ ਕਿਰਪਾਲੂ ਹੋ ਜੇ ਪਰਦਾ ਲਾਹ ਦੇਵੇ ਹੋਏ ਕਿਰਪਾਲ ਗੁਰ ਲਾਇਓ ਪਾਰ ਦੋ ਪਰਦਾ ਲਾਹ ਦੇਵੇ ਪਾਰ ਦੋ ਮਿਲਿਓ ਲਾਲ ਮਨ ਹਰੀਆ ਵੀ ਮਾਲਕ ਨਾਲ ਮਲਾਪ ਕਰਾਰੇ ਹੁਣ ਪੰਜ ਪਿਆਰੇ ਗੁਰੂ ਰੂਪ ਖੰਡੇ ਬਾਟੇ ਦੀ ਦਾਤ ਲੈਣ ਲੱਗਿਆ ਇਮਤਿਹਾਨ ਲੈ ਕੇ ਟੈਸਟ ਲੈ ਕੇ ਫਿਰ ਸਾਡੇ ਮਨ ਤੇ ਮਾਲਕ ਵਿੱਚ ਜਿਹੜਾ ਪਰਦਾ ਹੈ ਨਾ ਉਹ ਪਰਦਾ ਪਾਸੇ ਕਰ ਦਿੰਦੇ ਨੇ ਉਹ ਕੂੜ ਦੀ ਪਾਲ ਨੂੰ ਪਾਸੇ ਕਰਵਾ ਦਿੰਦੇ ਨੇ ਉਹ ਤੋੜ ਦਿੰਦੇ ਨੇ ਜੇ ਪੜਦੇ ਨਾ ਕਿ ਕਿਸ ਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ ਉਹ ਦੀਵਾਰ ਕੰਧ ਪਾਸੇ ਹੋ ਜਾਂਦੀ ਹੈ ਪਾਰਟੀਸ਼ਨ ਪਰਦਾ ਹੀ ਕਹਿੰਦੇ ਨਾ ਜਿਵੇਂ ਆ ਪਰਦਾ ਕੰਧ ਪਰਦਾ ਉਹ ਪਰਦਾ ਪਾਸੇ ਕਰ ਦੇਣਾ ਸਾਹਮਣੇ ਮਾਲਕ ਨੇ ਦੇਖ ਜਾਣਾ ਤੇ ਹੁਣ ਗੁਰਮੂ ਪਿਆਰਿਓ ਫਿਰ ਉਸ ਤੋਂ ਬਾਅਦ ਜਦੋਂ ਖੰਡੇ ਬਾਟੇ ਦੀ ਆਪਾਂ ਨੂੰ ਟੈਸਟ ਲਾਈਨ ਤੋਂ ਬਾਅਦ ਅੰਮ੍ਰਿਤ ਦੀ ਦਾਤ ਦਿੱਤੀ ਜਾਂਦੀ ਆ ਅੰਮ੍ਰਿਤ ਤਿਆਰ ਕਰਕੇ ਗੁਰਮੁਖਾਂ ਨੂੰ ਸ਼ਿਕਾਇਆ ਜਾਂਦਾ ਹੈ ਅੰਮ੍ਰਿਤ ਛਕਣ ਵਾਲੇ ਜਿਹੜੇ ਅਬਲਾਕੀ ਹੁੰਦੇ ਨੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਜਾਂਦੀ ਆ ਫਿਰ ਉਹਨਾਂ ਨੂੰ ਪੂਰਨ ਭਰੋਸਾ ਦਿਵਾਇਆ ਜਾਂਦਾ ਵੀ ਤੁਸੀਂ ਹੁਣ ਗੁਰੂ ਦੇ ਰਹੀਂ ਕਿੰਦੇ ਰਹੀਂ ਜੀ ਗੁਰੂ ਦੇ ਰਹੀਂ ਕਿੰਦੇ ਕੋਲੇ ਜਾ ਰਹੇ ਹਾਂ ਸਤਿਗੁਰੂ ਕੋਲੇ ਜਾ ਰਹੇ ਹਾਂ ਗੁਰੂ ਦੇ ਰਾਈ ਕਹਿੰਦੇ ਕੋਲੇ ਜਾ ਰਿਓ ਸਤਿਗੁਰੂ ਕੋਲੇ ਜਾ ਰਿਓ ਫਿਰ ਸਤਿਗੁਰ ਨੇ ਤੁੰਦਾ ਗੁੱਟ ਫੜ ਕੇ ਤੁਹਾਨੂੰ ਬੁਕਲ ਚ ਲੈ ਕੇ ਤੁਹਾਨੂੰ ਨਿਰੰਕਾਰ ਨਾਲ ਮਲਾਉਣਾ ਇਹ ਪ੍ਰੋਪਰ ਗੁਰਬਾਣੀ ਵਿੱਚ ਦੱਸਿਆ ਹੋਇਆ ਕਹਿੰਦੇ ਸਤਿਗੁਰ ਹੱਥ ਕੁੰਜੀ ਹੋਰ ਤੇ ਦਰ ਖੁੱਲੇ ਨਹੀਂ ਗੁਰਪੂਰੇ ਭਗ ਮਲਾਵਨੇ ਆ ਕਹਿੰਦੇ ਗੁਰੂ ਨੇ ਪਰਦਾ ਲਾ ਕੇ ਤੁਹਾਨੂੰ ਸਤਿਗੁਰੂ ਕੋਲੇ ਭੇਜ ਦੇਣਾ ਫਿਰ ਸਤਿਗੁਰ ਨੇ ਤੁਹਾਨੂੰ ਨਿਰੰਕਾਰ ਨਾਮ ਲਾਉਣਾ ਤੇ ਗੁਰੂ ਸਤਿਗੁਰ ਟੀਚਰ ਪਾਦਾ ਕਹਿ ਦਿੰਦੇ ਇਹਨੂੰ ਇਹਨੇ ਇਹ ਮਾਲਕ ਵੱਲਿਓ ਉਹ ਗੁਰਮੁਖ ਬੰਦੇ ਨੇ ਜਿਹੜੇ ਨਾਮ ਵਿੱਚ ਸਮਾਉਂਦੇ ਨੇ ਗੁਰਮੁਖ ਕਿਹਨੂੰ ਕਹਿੰਦੇ ਮੰਨ ਨੂੰ ਕਿਹਨੂੰ ਕਹਿੰਦੇ ਮਨ ਉਹ ਮਨ ਬੱਚਾ ਗੁਰੂ ਦੀ ਸ਼ਰਨ ਵਿੱਚ ਆ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਨੂੰ ਅੱਗੇ ਰੱਖ ਕੇ ਹਰ ਇੱਕ ਦੀ ਗੱਲ ਨੂੰ ਟੈਲੀ ਕਰਦਾ ਗੁਰਬਾਣੀ ਨਾਲ ਮਲਾਉਂਦਾ ਜੇ ਗੁਰਬਾਣੀ ਸਹਿਤੀ ਦਿੰਦੀ ਆ ਗੁਰੂ ਮਹਾਰਾਜ ਸਹਿਤੀ ਦਿੰਦੇ ਨੇ ਮੋਹਰ ਲਾਉਂਦੇ ਨੇ ਤਾਂ ਗੱਲ ਮੰਨ ਲਓ ਤੇ ਜੇ ਗੁਰੂ ਮੋਹਰ ਨਹੀਂ ਨਾ ਲਾ ਰਿਆ ਫਿਰ ਤੁਸੀਂ ਜਿੰਨਾ ਮਰਜ਼ੀ ਕੋਈ ਦੂਰ ਲਾਏ ਗੱਲ ਨਹੀਂ ਮੰਨਣੀ ਕਿਉਂਕਿ ਗੁਰਬਾਣੀ ਦੇ ਵਿੱਚ ਕੋਈ ਮਾਰੀ-ਮੋਟੀ ਗੱਲ ਨਹੀਂ ਹੈ ਬੜੇ ਚੁਣ-ਚਣ ਕੇ ਸ਼ਬਦ ਢੁਗਮੇ ਸ਼ਬਦ ਉੱਥੇ-ਉੱਥੇ ਲਾਏ ਗਏ ਨੇ ਜਿੱਥੇ-ਜਿੱਥੇ ਉਹਨਾਂ ਦੀ ਲੋੜ ਸੀ ਤੇ ਅਸੀਂ ਹਜੇ ਕੁਝ ਵੀ ਨਹੀਂ ਕੀਤਾ ਆਪਾਂ ਹਜੇ ਕੁਝ ਵੀ ਨਹੀਂ ਕੀਤਾ ਇਹ ਖੇਡ ਤਾਂ ਅੱਗੇ ਪਰੇ ਤੋਂ ਬਰੇ ਆ ਜਦਨ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਤੁਹਾਡਾ ਪਰਦਾ ਲਹਿ ਗਿਆ ਫਿਰ ਦੱਸੋ ਤੁਸੀਂ ਕੀ ਬਣ ਗਏ ਸ਼ਿਭਾਈ ਬਣ ਗਏ ਖੰਡੇ ਬਾਟੇ ਦਾ ਲੈ ਕੇ ਕਹਿੰਦੀ ਫੌਜ ਵਿੱਚ ਭਰਦੀ ਹੋਏ ਤੁਸੀਂ ਅਕਾਲ ਪੁਰਖ ਦੀ ਫੌਜ ਵਿੱਚ ਭਰਦੀ ਹੋਏ ਕਹਿੰਦੇ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ परमातम की मौज खालसे ਦਾ ਕਰੈਕਟਰ ਬਹੁਤ ਵਧੀਆ ਦੱਸਿਆ ਗਿਆ। ਲੇਕਿਨ ਜੇ ਆਪਾਂ ਕਹੀਏ ਬਾਹਰਲੀ ਦਿੱਖ ਬਣਾ ਕੇ ਅਸੀਂ ਖਾਲਸੇ ਬਣਾਂਗੇ ਸਵਾਲ ਹੀ ਪੈਦਾ ਨਹੀਂ ਹੁੰਦਾ। ਬਾਹਰਲੀ ਦਿੱਖ ਸਮਝਦੇ ਹੋ ਨਾ? ਆਹ ਸਰੀਰ ਤੇ ਜਿੰਨਾ ਮਰਜ਼ੀ ਤੁਸੀਂ ਜੋ ਮਰਜ਼ੀ ਕਰ ਲਓ। ਇਹ ਇਹਨੇ ਦਾ ਖਤਮ ਹੋ ਜਾਣਾ ਸਰੀਰ ਨੇ। ਇਹਦੇ ਉੱਤੇ ਭਾਵੇਂ ਤੁਸੀਂ ਲੱਖਾਂ ਦੀਆਂ ਮੁੰਦਰੀਆਂ ਪਵਾ ਲਓ, ਲੱਖਾਂ ਦੇ ਹਾਰ ਪਵਾ ਲਓ, ਲੱਖ ਟੱਗਿਆਂ ਕੇ ਮੁੰਦੜੇ, ਲੱਖ ਟੱਗਿਆਂ ਕੇ ਹਾਰ। ਜੋ ਮਰਜੀ ਪਵਾ ਲੋ ਇਹ ਗੁਰੂ ਮਹਾਰਾਜ ਕਹਿੰਦੇ ਖਤਮ ਹੋਣ ਵਾਲਾ ਸਰੀਰ ਇਹਦਾ ਸ਼ਿੰਗਾਰ ਨਾ ਕਰੋ ਮਨ ਦਾ ਸ਼ਿੰਗਾਰ ਕਰਾਓ ਕਹਿੰਦਾ ਸ਼ਿੰਗਾਰ ਕਰਾਓ ਜੀ ਮਨ ਦਾ ਸ਼ਿੰਗਾਰ ਮਨ ਦਾ ਸ਼ਿੰਗਾਰ ਹੋਏਗਾ ਪੰਜਾਂ ਸ਼ਬਦਾਂ ਦੇ ਨਾਲ ਕਹਿੰਦੇ ਨਾਲ ਜੀ ਪੰਜਾਂ ਸ਼ਬਦਾਂ ਦੇ ਨਾਲ ਤੇ ਜਦੋਂ ਮਨ ਦਾ ਸ਼ਿੰਗਾਰ ਹੋਏਗਾ ਤੇ ਮਨ ਮਾਲਕ ਨੂੰ ਸੁਣਨ ਲੱਗੇਗਾ ਤੇ ਸੁਣਨ ਲੱਗੇਗਾ ਫਿਰ ਉਹ ਆਪਣੇ ਜਿਹੜੇ ਉਹਨਾਂ ਦੇ ਆਗਿਆਕਾਰੀ ਪੋਤੇ ਇੱਥੇ ਆਏ ਸੀ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਫੌਜ ਵਿੱਚ ਆ ਕੇ ਪੰਜਾਂ ਪਿਆਰਿਆਂ ਦੇ ਰਾਹੀਂ ਸਾਨੂੰ ਭਗਤੀ ਕੀਤਾ ਗੱਲ ਨੂੰ ਤੇ ਧਿਆਨ ਨਾਲ ਸਮਝੋ ਦਿਲ ਦਿਮਾਗ ਚ ਗੱਲ ਨੂੰ ਬਹਾਇਓ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਛਪਾਈ ਨਹੀਂ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਬੜੇ ਵੱਡੇ ਅਫਸਰ ਸੀਗੇ ਉਹ ਤਾਂ ਸੰਛਪਾਈ ਭਰਤੀ ਕਰਨ ਆਏ ਸੀ ਉਦਾਂ ਸੰਤ ਸ਼ਬਾਈ ਸ਼ਬਾਈ ਦੀ ਡਿਊਟੀ ਵਾਸਤੇ ਮਨ ਨੂੰ ਭਰਤੀ ਕਰਨ ਆਏ ਸੀ ਤੇ ਫਿਰ ਜਦੋਂ ਮਨ ਭਰਤੀ ਹੋ ਜਾਂਦਾ ਹੈ ਖੰਡੇ ਬਾਟੇ ਦੀ ਦਾਤ ਲੈ ਕੇ ਫਿਰ ਉਹਨਾਂ ਨੂੰ ਦੱਸਿਆ ਜਾਂਦਾ ਵੀ ਆਹ ਹੈ ਮਾਲਕ ਦਾ ਦਰ ਤੁਸੀਂ ਨੇਤਰ ਬੰਦ ਕਰਕੇ ਸਾਹਮਣੇ ਦੇਖੋ ਕੰਖੋਲ ਇੱਥੇ ਮਾਲਕ ਦਾ ਦਰ ਆ ਇਸ ਦਰ ਦੇ ਉੱਤੇ ਫਿਰ ਉਹ ਸ਼ਬਾਈ ਬੈਠਦਾ ਡਿਊਟੀ ਦੀਂ ਦਾ ਖੜਦਾ ਵੀ ਕਦੋਂ ਅੰਦਰੋਂ ਹੁਕਮ ਆਵੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਤੇ ਮੈਂ ਡਿਊਟੀ ਤੇ ਜਾਵਾਂ ਹੁਕਮ ਦੀ ਪਾਲਣਾ ਕਰਦਾ ਉਹ ਫਿਰ ਜਿਹੜੇ ਬੱਚੇ ਦਰ ਤੇ ਬੈਠੇ ਰਹਿੰਦੇ ਆ ਬੈਠੇ ਰਹਿੰਦੇ ਆ ਤੇ ਮਾਲਕ ਦੇਖਦਾ ਹੈ ਕਿ ਇਹ ਬੱਚਾ ਹੁਣ ਹੁਕਮ ਵਿੱਚ ਆ ਗਿਆ ਆ ਗਿਆ ਘਰੀ ਪੁੱਤ ਆ ਮੇਰਾ ਫਿਰ ਉਹਨਾਂ ਤੋਂ ਮਾਲਕ ਡਿਊਟੀਆਂ ਲੈਂਦਾ ਹੈ ਸਰੀਰ ਵਿੱਚ ਰਹਿੰਦਿਆਂ ਵੀ ਤੇ ਸਰੀਰ ਛੱਡਣ ਤੋਂ ਬਾਅਦ ਵੀ ਹੁਣ ਰੋਜ਼ ਅਸੀਂ ਸਰੀਰ ਛੱਡਦੇ ਆ ਸੋਚੋ ਕਦੋਂ ਛੱਡਦੇ ਆ ਜਦੋਂ ਸੌਂ ਜਾਂਦੇ ਆ ਛੱਡਦੇ ਕਿਨੇ ਜੀ ਕੋਈ ਪਤਾ ਹੀ ਨਹੀਂ ਸਰੀਰ ਕਿੱਥੇ ਆ ਕੋਈ ਪਤਾ ਹੀ ਨਹੀਂ ਘਰ ਕਿੱਥੇ ਆ ਕੋਈ ਪਤਾ ਹੀ ਨਹੀਂ ਬੱਚੇ ਕਿੱਥੇ ਆ ਮਾਤਾ ਪਿਤਾ ਕਿੱਥੇ ਆ ਉਹ ਤਾਂ ਬੜੇ ਦੂਰ ਦੀ ਗੱਲ ਗੁਰਮਖੋ ਆਪਾਂ ਨੂੰ ਤਾਂ ਆਪਣੇ ਇਸਰੀਰ ਦਾ ਵੀ ਨਹੀਂ ਪਤਾ ਹੁੰਦਾ ਜੋ ਸੁੱਤੇ ਹੁੰਨੇ ਆ ਗੂੜੀ ਨੀਂਦ ਦੀ ਕਰਾੜੇ ਵਾਜਦੇ ਹੁੰਨੇ ਉਦੋਂ ਸਮਝ ਲਓ ਤੁਸੀਂ ਆ ਇਲਾਕਾ ਛੱਡ ਕੇ ਆ ਇਲਾਕਾ ਛੱਡ ਤਾ ਸਾਰਾ ਮਾਲਕ ਦੇ ਇਲਾਕੇ ਵਾਲੇ ਪਾਸੇ ਚਲੇ ਗਏ ਉਦੋਂ ਤੁਸੀਂ ਮਾਇਆ ਛੱਡ ਦਿੱਤੀ ਮਾਇਆ ਛੱਡ ਕੇ ਤੁਸੀਂ ਨਿਰੰਕਾਰ ਦੇ ਵਾਲੇ ਇਲਾਕੇ 'ਚ ਚਲੇ ਗਏ ਤੁਸੀਂ ਸੂਖਮ ਰੂਪ ਹੋ ਗਏ ਤੁਸੀਂ ਕੀ ਹੋ ਗਏ ਜੀ ਸੂਖਮ ਰੂਪ ਤੇ ਮਾਲਕ ਫਿਰ ਸੂਖਮ ਰੂਪ ਤੋਂ ਡਿਊਟੀ ਲੈਂਦਾ ਉਹ ਕਈ ਦਫਾ ਤੁਸੀਂ ਦੇਖਦੇ ਹੋਵੋਗੇ ਜੰਗ ਜੁੱਧ ਵੀ ਦਿਸਦੇ ਕਈਆਂ ਨੂੰ ਜੁੱਧ ਕਰਦੀਆਂ ਹੋਈਆਂ ਫੌਜਾਂ ਦਿਖਾਈ ਦਿੰਦੀਆਂ ਨੇ ਕਈ ਵਾਰੀ ਆਪਾਂ ਖੁਦ ਉਹਦੇ ਵਿੱਚ ਜੰਗ ਕਰ ਜੁੱਧ ਕਰਦੇ ਹੁੰਨੇ ਆਂ ਕਈ ਵਾਰੀ ਆਪਾਂ ਦੇਖਦੇ ਹੁੰਨੇ ਆਂ ਕਈ ਵਾਰੀ ਆਪਣੇ ਮਗਰ ਕੋਈ ਹਮਲਾ ਕਰਦਾ ਤੇ ਆਪਾਂ ਨੂੰ ਕੋਈ ਬਚਾਉਣ ਵਾਲਾ ਵੀ ਆ ਜਾਂਦਾ ਸੁੱਤਿਆਂ ਬਿਆਂ ਜਿੰਨੂੰ ਤੁਸੀਂ ਬਾਅਦ ਚ ਉੱਠ ਕੇ ਕਹਿੰਦੇ ਜੇ ਸੁਪਨਾ ਕੀ ਕਹਿੰਦੇ ਹੋ ਵੀ ਸੁਪਨਾ ਆਇਆ ਸੀ ਅੱਜ ਆਹ ਕੁਝ ਹੋਇਆ ਉਹ ਸੁਪਨਾ ਨਹੀਂ ਉਹ ਸੱਚ ਉਹ ਕੀ ਜੀ ਰਾਈਟ ਆ ਤੇ ਉਹਨੂੰ ਬਹੁ ਗਿਣਤੀ ਪਾਪਾ ਭੁੱਲ ਜਾਂਦੇ ਆ ਕੀ ਕਰਦੇ ਭੁੱਲ ਜਾਂਦੇ ਆ ਜੇ ਕਿਤੇ ਉਹ ਜੇ ਭੁੱਲਦੇ ਆ ਤੇ ਸਮੇ ਲੋ ਮਾਲਕ ਪਰਦਾ ਪਾ ਦਿੰਦਾ ਕੀ ਕਰਦਾ ਜੀ ਪਰਦਾ ਪਾ ਦਿੰਦਾ ਤੇ ਜੇ ਕਿਤੇ ਮਾੜਾ ਮੋੜਾ ਉਹ ਪਰਦਾ ਨਾਮ ਪਾਵੇ ਤੇ ਯਾਦ ਰਹਿੰਦਾ ਫਿਰ ਹੂ ਬੂ ਹੂ ਪਤਾ ਲੱਗਦਾ ਵੀ ਕਿਹੜੀ ਜਗ੍ਹਾ ਸੀ ਜਿੱਥੇ ਸਾਡੇ ਨਾਲ ਜੰਗ ਜੁੱਦ ਹੋਇਆ ਉਹ ਫਿਰ ਕਿੰਦੇ ਨਾਲ ਜੰਗ ਜੁੱਦ ਹੁੰਦਾ ਹੁਣ ਦੇਖੋ ਅਕਾਲ ਪੁਰਖ ਵਾਹਿਗੁਰੂ ਜੀ ਆਪ ਨੇ ਮਾਲਕ ਰੱਬ ਉਹਨੂੰ ਭਰਤੀ ਕਰਨ ਦੀ ਕੀ ਲੋੜ ਪਈ ਸ਼ਬਾਈ ਕਿਉਂਕਿ ਦੂਸਰੇ ਪਾਸੇ ਜਿਹੜੀ ਪਾਵਰ ਉਹ ਕਾਲ ਆ ਕੌਣ ਆ ਜੀ ਕਾਲ ਜਿੰਨੇ ਵੀ ਹੁਣ ਮੈਨੂੰ ਨਾਂ ਲੈਣਾ ਪੈਗਾ ਝਿਜਕਣਾ ਵੀ ਨਹੀਂ ਚਾਹੀਦਾ ਸੱਚ ਆ ਗੁਰਬਾਣੀ ਜੋ ਕਹਿੰਦੀ ਗੁਰਬਾਣੀ ਵੇਦੀ ਦੱਸਿਆ ਵੀ ਭੂਤ ਵੀ ਹੈਗੇ ਨੇ ਪ੍ਰੇਤ ਵੀ ਹੈਗੇ ਨੇ ਤੇ ਜਨ ਪੀਰ ਵੀ ਹੈਗੇ ਗੁਰਬਾਣੀ ਗੁਰੂ ਕਹਿੰਦੇ ਨੇ ਪੂਤ ਪ੍ਰੇਤ ਮੁਗਧ ਪਾਥਰ ਕੋ ਉਤਾਰੇ ਇਹਦਾ ਮਤਲਬ ਕੀ ਹੈਗੇ ਤਾਂ ਹੀ ਤਰਦੇ ਆ ਨਾ ਉਹ ਸ਼ਰਨ ਵਿੱਚ ਜਦੋਂ ਆ ਜਾਂਦੇ ਆ ਫਿਰ ਉਹ ਜਿਹੜੇ ਇੱਕ ਜੂਨ ਆ ਇੱਕ ਕੀ ਅਰੇ ਜੂਨ ਆ ਆਸਰੀ ਛੱਡਣ ਤੋਂ ਬਾਅਦ ਧਿਆਨ ਉਧਰ ਚਲਾ ਗਿਆ ਤੇ ਉਹ ਜੂਨੀ ਮਿਲ ਜਾਂਦੀ ਹੈ ਉਹ ਫਿਰ ਜਿਨ੍ਹਾਂ ਨੇ ਇੱਥੇ ਸਿਆਣਾ ਬਣ ਕੀਤਾ ਹੁੰਦਾ ਮੇਰੀ ਗੱਲ ਨੂੰ ਧਿਆਨ ਨਾਲ ਸਮਝਿਓ ਸਿਆਣਾ ਬਣ ਜਿਹੜੇ ਲੋਕਾਂ ਨੂੰ ਧੋਖੇ ਚ ਰੱਖ ਕੇ ਪੈਸੇ ਮੰਗਦੇ ਨੇ ਠਗੀਆਂ ਮਾਰਦੇ ਨੇ ਪੈਸੇ ਵਟੌਰ ਦੇ ਨੇ ਉਹ ਸਿਆਣਾ ਬਣ ਕਰਦੇ ਨੇ ਉਹ ਫਿਰ ਇਹ ਜੇ ਜਦੋਂ ਸਰੀਰ ਛੱਡਦੇ ਨੇ ਇੱਕ ਤਾਂ ਆਪਾਂ ਸੌਂ ਕੇ ਸਰੀਰ ਛੱਡਦੇ ਇੱਕ ਪਰਮਨੈਂਟ ਛੱਡਦੇ ਆ ਪਰਮਨੈਂਟ ਕਦੋਂ ਛੱਡਦੇ ਆ ਜਦੋਂ ਨਾਭੀ ਤੋਂ ਅੰਤਮ ਸਮੇਂ ਗੰਢ ਖੁੱਲਦੀ ਹੈ ਇੱਥੇ ਨਾਭੀ ਤੇ ਗੰਢ ਬੰਨੀ ਹੋਈ ਹੈ ਇਹ ਖੁੱਲ ਜਾਂਦੀ ਆ ਸਰੀਰ ਵੱਖ ਹੋ ਜਾਂਦਾ ਸੂਖਮ ਸਰੀਰ ਵੱਖ ਹੋ ਜਾਂਦਾ ਤੇ ਉਹ ਜਦੋਂ ਧਿਆਨ ਦੁਆਰਾ ਉਹਨਾਂ ਨੂੰ ਉਹ ਜੁਨੀ ਮਿਲ ਜਾਂਦੀ ਹੈ ਇੱਥੇ ਵੀ ਉਹਨਾਂ ਨੇ ਲੋਕਾਂ ਨੂੰ ਦੁਖੀ ਕੀਤਾ ਹੁੰਦਾ ਕਿਸੇ ਕੋਲ ਪੈਸੇ ਨਹੀਂ ਦਿੱਤੇ ਜਾਂਦੇ ਮਜਬੂਰੀ ਨਹੀਂ ਉਹਦੇ ਕੋਲ ਜੁੜੇ ਕਹਿੰਦੇ ਨਹੀਂ ਜੀ ਇੰਨੇ ਪੈਸੇ ਦਿਓਗੇ ਤਾਂ ਤੁਹਾਡਾ ਇਲਾਜ ਕਰਾਂਗੇ ਇਲਾਜ ਕੀ ਕਰਨਾ ਅੰਨੇ ਨੂੰ ਕੀ ਪਤਾ ਵੀ ਤੁਸੀਂ ਕੀਤਾ ਕਿ ਨਹੀਂ ਕੀਤਾ ਆ ਅੰਨੇ ਹੁੰਦੇ ਨਾ ਆਪਾਂ ਨੂੰ ਕੀ ਪਤਾ ਕੀਤਾ ਕਿ ਨਹੀਂ ਕੀਤਾ ਜਿਹੜੇ ਗੁਰੂ ਦੇ ਸਿੰਘ ਨੇ ਉਹ ਕਦੀ ਕਿਸੇ ਤੋਂ ਮੰਗ ਕੇ ਕੁਝ ਨਹੀਂ ਲੈਂਦੇ ਉਹ ਜੇ ਕਿ ਇਹਦਾ ਭਲਾ ਹੁੰਦਾ ਕਹਿੰਦੇ ਕਹ ਵਾਹ ਗੁਰੂ ਸਿਮਰਨ ਕਰਾਉਂਦੇ ਕਹਿੰਦੇ ਤੇ ਖੜ ਨਹੀਂ ਸਕਦਾ ਕੋਈ ਐਂ ਜਿਵੇਂ ਛਾਲ ਦੇ ਅਗਲੇ ਦੇ ਖੰਜਰ ਨਹੀਂ ਖੁੱਬਦਾ ਐਂ ਖੁੱਬਦਾ ਉਹਨਾਂ ਦੇ ਜਦੋਂ ਕਹਿੰਨੇ ਆ ਵਾਹ ਗੁਰੂ ਇਹ ਜੋਸ਼ ਨਾਲ ਸਮਨ ਕਰਨਾ ਹੈ ਕੀ ਕਰਨਾ ਹੈ ਜਿਵੇਂ ਆਪਾਂ ਸੂਰਮੇ ਬਣ ਕੇ ਕਰਨਾ ਹੈ ਤੇ ਕੋਈ ਦੁਨੀਆ ਦੀ ਚੀਜ਼ ਅੱਗੇ ਖੜੀ ਨਹੀਂ ਸਕਦੀ ਇਸ ਤੋਂ ਅੱਗੇ ਤੁਹਾਡੇ ਕੋਲੇ ਹੋਰ ਕਿਰਪਾ ਹੋ ਗਈ ਜਿਹੜੀ ਤੁਹਾਨੂੰ ਅਨਹਦਿ ਸ਼ਬਦ ਸੁਣਦਾ ਅਨਹਦਿ ਸ਼ਬਦ ਵਿੱਚ ਫਟਾਫਟ ਧਿਆਨ ਲੈ ਜਾਓ ਜਿੱਥੇ ਮਰਜੀ ਦੁਨੀਆ ਦੇ ਕੋਨੇ 'ਚ ਬੈਠ ਜਾਓ ਜਿੱਥੇ ਕਹਿੰਦੇ ਨਾ ਕੋਈ ਕਿਸੇ ਨੂੰ ਡਰ ਲੱਗਦਾ ਉੱਥੇ ਬੈਠ ਜਾਓ ਪਰ ਸ਼ਬਦ ਵਿੱਚ ਧਿਆਨ ਰੱਖ ਲਓ ਤੈਨ ਨਿਡਰ ਹੋ ਕੇ ਬੈਠੋ ਤੁਹਾਡੇ ਹਾਲ ਲਾਗੇ ਕੋਈ ਨਹੀਂ ਆ ਸਕਦਾ ਉੱਥੇ ਫਿਰ ਮਾਲਕ ਨੂੰ ਵੀ ਫੌਜ ਬਣਾਉਣੀ ਪਈ ਕੀ ਬਣਾਉਣੀ ਪਈ ਫੌਜ ਉਹ ਫੌਜਾਂ ਦੇ ਜਰਨੈਲ ਉਹ ਫੌਜਾਂ ਦੇ ਮਾਲਕ ਨੇ ਜਰਨੈਲ ਬਣਾਏ ਸਭ ਤੋਂ ਵੱਡਾ ਜਰਨੈਲ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਭ ਤੋਂ ਵੱਡੇ ਜਰਨੈਲ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਤੇ ਜੇ ਆਪਾਂ ਕਹੀਏ ਵੀ ਉਹ ਮਾਲਕ ਵਿੱਚ ਸਮਾਏ ਨੇ ਮਾਲਕ ਰੂਪ ਹੋਏ ਹੋਏ ਨੇ ਨਾ ਕਿਉਂਕਿ ਮਨ ਨੇ ਉਹ ਮਾਲਕ ਦੇ ਵਿੱਚ ਸਮਾਜ ਕੇ ਮਾਲਕ ਰੂਪ ਹੀ ਹੋਣਾ ਹੈ ਤੇ ਉਹ ਜਿਹੜੇ ਹੋਏ ਹੋਏ ਨੇ ਉਹ ਹੋ ਜਾਂਦੇ ਨੇ ਉਹਨਾਂ ਨੂੰ ਪਦਵੀ ਮਿਲਦੀ ਹੈ ਇੱਕ ਅਹੁਦਾ ਮਿਲਦਾ ਹੈ ਉਹ ਕੀ ਹੋ ਜਾਂਦੇ ਜੀ ਅਮਰ ਇੱਕ ਮੁਕਤ ਹੋਣਾ ਇੱਕ ਅਮਰ ਹੋਣਾ ਇਹਦੇ ਵਿੱਚ ਫਰਕ ਹੈ ਜੀ ਮੁਕਤਤਾ ਆਪਾਂ ਦਿਹਾੜੀ 'ਚ ਕਈ ਵਾਰੀ ਹੁੰਦੀਆਂ ਕਦੋਂ ਜਦੋਂ ਫੁਰਨਿਆਂ ਤੋਂ ਰਹਿ ਤੋਂ ਨੇ ਤੇ ਅਮਰ ਹੁੰਨੇ ਆਪਾਂ ਜਦੋਂ ਭਗਤੀ ਕਰਦੇ ਹਾਂ ਮਾਲਕ ਦੀ ਕੋਈ 2 ਵਜੇ ਉੱਠ ਕੇ ਮਾਲਕ ਦਾ ਨਾਮ ਜਪਦਾ ਕੋਈ 4 ਵਜੇ ਉੱਠ ਕੇ ਵੀ ਯਾਦ ਹੀ ਰੱਖਦਾ ਵੀ ਮੈਂ ਮਾਲਕ ਨੂੰ ਭੁੱਲਣਾ ਨਹੀਂ ਜਦੋਂ ਰੋਟੀ ਪਾਣੀ ਖਾਦਾ ਫਿਰ ਆ ਕੇ ਬਹਿ ਗਿਆ ਕੰਮ ਧੰਦੇ ਜਾਇਆ ਸ਼ਹਿਰੋਂ ਕੁਝ ਖਰੀਦ ਲਿਆ ਨੌਕਰੀ ਆਣ ਕੇ ਫਟਾਫਟ ਫਿਰ ਜਲ ਪਾਣੀ ਛਾ ਕੇ ਫਿਰ ਮਾਲਕ ਦੀ ਯਾਦ ਵਿੱਚ ਬਹਿ ਗਿਆ ਇਹ ਭਗਤੀ ਹੈ ਇਹ ਕੀ ਜੀ ਭਗਤੀ ਹੈ ਤੇ ਜਦੋਂ ਭਗਤੀ ਕਰਦੇ ਆ ਕਰਦੇ ਆ ਪ੍ਰਵਾਨ ਹੋ ਜਾਂਦੀ ਭਗਤੀ ਫਿਰ ਮਾਲਕ ਅਮਰ ਬਦਵੀ ਦਿੰਦਾ ਅਮਰ ਬਦਵੀ ਦਾ ਮਤਲਬ ਇਹ ਹੁੰਦਾ ਹੈ ਵੀ ਜਦੋਂ ਤੁਸੀਂ ਚਾਹੋ ਇੱਥੋਂ ਸ੍ਰੀ ਛੱਡ ਕੇ ਜਾ ਸਕਦੇ ਹੋ ਜਦੋਂ ਤੁਸੀਂ ਚਾਹੋ ਮਾਲਕ ਨੂੰ ਬੇਨਤੀ ਕਰੋ ਤੁਸੀਂ ਸਰੀਰ ਲੈ ਸਕਦੇ ਆ ਅਮਰ ਹੋ ਗਿਆ ਨਾ ਜਦੋਂ ਚਾਹੋ ਸਰੀਰ ਇਸੇ ਤਰ੍ਹਾਂ ਆਪਣੇ ਗੁਰੂ ਸਾਹਿਬਾਨ ਭਗਤ ਜਨ ਆਪਣੇ ਗੁਰੂ ਸਾਹਿਬਾਨ ਭਗਤ ਜਨ ਗੁਰੂ ਸਾਹਿਬਾਨ ਤਾਂ ਉਸ ਵਸਤਾ ਤੋਂ ਵੀ ਅੱਗੇ ਨੇ ਤੇ ਜਿਨ੍ਹਾਂ ਨੇ ਸੂਰਮਿਆਂ ਨੇ ਇਹ ਰੋਲ ਅਦਾ ਕੀਤੇ ਨੇ ਇੱਥੇ ਆਨ ਕੇ ਜਿਨ੍ਹਾਂ ਨੂੰ ਆਪਾਂ ਯਾਦ ਕਰਦੇ ਆਂ ਤੇ ਉਹ ਗੁਰਮੁਖ ਪਿਆਰਿਓ ਅਮਰ ਨੇ ਤੇ ਜਦੋਂ ਅਸੀਂ ਉਸ ਐਸ ਇਲਾਕੇ ਦੇ ਵਿੱਚੋਂ ਉਸ ਇਲਾਕੇ ਵਿੱਚ ਪਹੁੰਚਾਂਗੇ ਕਈ ਤਾਂ ਕਹਿੰਦੇ ਜੀ ਆਹੀ ਦੁਨੀਆ ਤੋਂ ਅੱਗੇ ਦੁਨੀਆ ਹੀ ਨਹੀਂ ਹੈ ਤੇ ਇਹੀ ਦਾ ਦਾਅਵੇ ਨਾਲ ਕਹਿੰਦੇ ਆਓ ਸਿਮਰਨ ਕਰੋ ਜੀ ਅਗਲੀ ਦੁਨੀਆ ਦਿਸੇ ਫੇਰ ਮਹਾਰਾਜ ਬਾਣੀ ਜੈਵੇਂ ਨਹੀਂ ਲਿਖਦੇ ਕਹਿੰਦੇ ਅੱਗੇ ਕਿਆ ਜਾਣਾ ਨਹੀਂ ਮੈਂ ਭੁੱਲੇ ਤੂੰ ਸਮਝਾਏ ਕਹਿੰਦੇ ਆਗੇ ਬਿਮਲ ਨਦੀ ਅਗਨ ਵਿਖ ਚੇਲਾ ਥਿੱਥੇ ਅਵਰ ਨਾ ਕੋਈ ਜੀਓ ਅਕੇਲਾ ਕਹਿੰਦੇ ਉੱਥੇ ਜੀਵ ਕੱਲਾ ਹੁੰਦਾ ਤੇ ਜੇ ਆਪਾਂ ਸੰਗਤ ਕਰਾਂਗੇ ਫਿਰ ਆਪਣਾ ਇੱਕ ਜਥਾ ਹੋਏਗਾ ਫਿਰ ਆਪਣਾ ਇੱਕ ਜਥਾ ਹੋਏਗਾ ਤੇ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਰਨ ਵਿੱਚ ਉੱਥੇ ਡਿਊਟੀਆਂ ਕਰਾਂਗੇ ਉੱਥੇ ਇੱਥੇ ਵੀ ਡਿਊਟੀ ਕਈ ਕਹਿੰਦੇ ਜੀ ਜਦੋਂ ਅਮਰ ਹੋ ਗਏ ਤੇ ਫਿਰ ਦੁਬਾਰਾ ਤਾਂ ਲੋੜੀ ਨਹੀਂ ਗੁਰਮਖੋ ਜਿੰਨੀ ਦੇਰ ਸ੍ਰਿਸ਼ਟੀ ਸਾਜੀ ਆ ਨਾ ਮਾਲਕ ਨੇ ਜਿੰਨੀ ਦੇਰ ਸ੍ਰਿਸ਼ਟੀ ਨੂੰ ਰੱਖਣਾ ਉਨੀ ਦੇਰ ਆਪਾਂ ਰਹਿਣਾ ਹੈ ਜੇ ਹੁਣ ਸਮਾਂ ਸਤਜੁਗ ਦਾ ਲੱਗੇਗਾ ਇਹ ਨਹੀਂ ਹੋਏਗਾ ਕਿ ਦੁਨੀਆ ਸਾਰੀ ਖਤਮ ਹੋਏਗੀ ਨਾ 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 ਖਤਮ ਨਹੀਂ ਹੋਏਗੀ ਵਿਚਾਰ ਬਦਲਣਗੇ ਕੀ ਹੋਣਗੇ ਜੀ ਵਿਚਾਰ ਬਦਲਣਗੇ ਕਿਵੇਂ ਬਦਲਣਗੇ ਹੁਣ ਤੁਸੀਂ ਦੇਖੋ ਇੱਕ ਬੰਦਾ ਕੋਈ ਸਰਕਾਰੀ ਨੌਕਰੀ ਕਰਦਾ ਹੈ ਉਹ ਰਿਸ਼ਵਤ ਲੈਂਦਾ ਕੀ ਕਰਦਾ ਰਿਸ਼ਵਤ ਲੈਂਦਾ ਕਿਸੇ ਨੂੰ ਨਹੀਂ ਬਖਸ਼ਦਾ ਪੈਸਾ ਪੈਸਾ ਕਰਨ ਇੱਕ ਸਮੇਂ ਦੇ ਆਣ ਕੇ ਮਾਲਕ ਜਦੋਂ ਉਹਦੇ ਵਿਚਾਰ ਬਦਲਦਾ ਉਹਨੂੰ ਕਿਤੇ ਸੰਗਤ ਮਿਲਦੀ ਹੈ ਉਹ ਮੁੜ ਕੇ ਹੱਥ ਜੋੜਦੇ ਕਹਿੰਦੇ ਮੈਂ ਰਿਸ਼ਵਤ ਨਹੀਂ ਲੈਣੀ ਬੰਦਾ ਉਹੀ ਹੈ ਇਨਸਾਨ ਉਹੀ ਹੈ ਕੀ ਬਦਲ ਗਈ ਸੋਚ ਬਦਲ ਗਈ ਉਹਦੇ ਵਿਚਾਰ ਬਦਲ ਗਏ ਇਸੇ ਤਰ੍ਹਾਂ ਜਿਹੜਾ ਬੰਦਾ ਧੋਖੇ ਠਗੀਆਂ ਫਰੇਬ ਕਰਦਾ ਹਾਂਜੀ ਹੋਰ ਗਲਤ ਕੰਮ ਕਰ ਉਹ ਜਦੋਂ ਸੰਗਤ ਮਿਲ ਜਾਂਦੀ ਆ ਹੌਲੀ ਹੌਲੀ ਉਹਦੇ ਵਿਚਾਰ ਬਦਲ ਜਾਂਦੇ ਉਹੀ ਬੰਦਾ ਕਹਿੰਦੇ ਵੀ ਵਿਗੜਿਆ ਹੋਇਆ ਸੁਧਰ ਗਿਆ ਵਿਗੜਿਆ ਹੋਇਆ ਸੁਧਰ ਗਿਆ ਦਾ ਮਤਲਬ ਕਿ ਉਹਦੇ ਵਿਚਾਰ ਚੰਗੇ ਬਣ ਗਏ ਅੱਛੇ ਵਿਚਾਰ ਬਣ ਗਏ ਬੰਦਾ ਉਹੀ ਹੈ ਇਸ ਤਰ੍ਹਾਂ ਫਿਰ ਸਮਾਂ ਬਦਲਦਾ ਹੈ ਸਾਰੀ ਦੁਨੀਆ ਖਤਮ ਹੋ ਗਈ ਨਹੀਂ ਸਮਾਂ ਬਦਲਦਾ ਹਾਂਜੀ ਤੇ ਵਿਚਾਰ ਬਦਲ ਜਾਂਦੇ ਨੇ ਹੁਣ ਉਹ ਵਿਚਾਰ ਬਦਲਣ ਵਾਸਤੇ ਆਪਾਂ ਨੂੰ ਕੀ ਕਰਨਾ ਪਏਗਾ ਇਹ ਵਿਚਾਰ ਆਪਣੇ ਘਰ ਤੋਂ ਹੀ ਸ਼ੁਰੂ ਕਰ ਲਓ ਘਰ ਤੋਂ ਹੀ ਨਹੀਂ ਆਪਸ ਵਿੱਚ ਵਿਚਾਰ ਨਹੀਂ ਮਿਲਦੇ ਕਿ ਮਿਲਦੇ ਆ ਜੇ ਜੇ ਤੁਸੀਂ ਘਰ ਦੇ ਵਿਚਾਰ ਮੈਂਬਰ ਹੋ ਤੇ ਚਾਰਾਂ ਦੇ ਵਿਚਾਰ ਨਹੀਂ ਮਿਲਦੇ ਜੇ 1 2 ਦੇ ਮਿਲਦੇ ਆ 2 ਦੇ ਨਹੀਂ ਮਿਲਦੇ ਕੋਈ ਕਿਧਰ ਨੂੰ ਮੂੰਹ ਕਿਸੇ ਦਾ ਕਿਧਰ ਨੂੰ ਕੋਈ ਕਹਿੰਦਾ ਕਰੇ ਕੋਈ ਕਹਿੰਦਾ ਆ ਜਾਓ ਬੈਠੋ ਆਪਾਂ ਸਿਮੰਗ ਕਰ ਲਈਏ ਉਹ ਦੂਜਾ ਕਹਿੰਦਾ ਲੈ ਵੱਡਾ ਸਿਮਰਨ ਵਾਲਾ ਹੈ ਨਾ ਮਨ ਲ ਕਹਿੰਦਾ ਛੱਬ ਦੀ ਚੋਟ ਮਾਰੀ ਪਹਿਲਾਂ ਦੁਖੀ ਹੋਰ ਦੁਖੀ ਕਰਦਾ ਨਾ ਫਿਰ ਆਪਾਂ ਆਪਸ ਵਿੱਚ ਮਾਝ ਦੀ ਗੱਲ ਕਰਦੇ ਘਰੇ ਨਹੀਂ ਵਿਚਾਰ ਮਿਲਦੇ ਫਿਰ ਆਣ ਗਵਣ ਵਿਚਾਰ ਕਿਸੇ ਦੇ ਮਿਲਦੇ ਕਿਸੇ ਦੇ ਨਹੀਂ ਮਿਲਦੇ ਜਿਨ੍ਹਾਂ ਦੇ ਮਿਲਦੇ ਉਹ ਰਿਸ਼ਤੇਦਾਰੀਆਂ ਨੂੰ ਵੱਧ ਵਰਤਨ ਲੱਗ ਜਾਂਦੇ ਤੇ ਜਿਨ੍ਹਾਂ ਦਾ ਟਕਰਾਅ ਹੋ ਜਾਂਦਾ ਉਹ ਦੁਸ਼ਮਣ ਬਣ ਜਾਂਦੇ ਇੱਕ ਦੂਸਰੇ ਦੇ ਹੁੰਦਾ ਨਾ ਜੀ ਹੁਣ ਆਪਾਂ ਬਾਹਰ ਨਾ ਜਾਈਏ ਆਪਣੇ ਘਰ ਤੋਂ ਹੀ ਗੱਲ ਸ਼ੁਰੂ ਫੇਰ ਸਮਾਜ ਤੇ ਲਾ ਲਓ ਦੇਸ਼ਾਂ ਦਾ ਲਾ ਲਓ ਝਗੜੇ ਹੈਨਾ ਵਿਚਾਰ ਨਹੀਂ ਨ ਮਿਲਦੇ ਹੁਣ ਆਪਾਂ ਬੇਨਤੀ ਕੀਤੀ ਮਹਾਰਾਜ ਜੀ ਨੂੰ ਸੱਚੇ ਪਾਤਸ਼ਾਹ ਅਸੀਂ ਵਿਚਾਰ ਸਾਡੇ ਰਲ ਜਾਣ ਵਿਚਾਰ ਸਾਡੇ ਮਿਲ ਜਾਣ ਅਸੀਂ ਕੀ ਕਰੀਏ ਹੁਣ ਦੇਖੋ ਆਪਾਂ ਮੰਨ ਲਓ ਵੀ ਇੱਥੇ ਤਿੰਨ ਜਣੇ ਬੈਠੇ ਆ ਚਾਹੇ ਉਹ ਭਰਾ ਨੇ ਇੱਕ ਰਜੋਗੁਣੀ ਇੱਕ ਤਮੋਗੁਣੀ ਇੱਕ ਸਤੋਗੁਣੀ ਹੁਣ ਰਜੋਗੁਣੀ ਨੇ ਤਾਂ ਪੈਸਾ ਪੈਸੀ ਦੀ ਗੱਲ ਕਰਨੀ ਆ ਕਿਉਂਕਿ ਰਜੋਗੁਣੀ ਆ ਤਮੋਗੁਣੀ ਨੇ ਤਮੋਗੁਣੀ ਵਿਚਾਰਾਂ ਦਾ ਜੋਰ ਪਾਉਣਾ ਸਤੋਗੁਣੀ ਨੇ ਸਤੋਗੁਣੀ ਗੱਲ ਕਰਨੀ ਤਮੋਗੁਣੀ ਨੇ ਤਮੋਗੁਣੀ ਗੱਲ ਕਰਨੀ ਆ ਹੁਣ ਵਿਚਾਰ ਲੱਗ ਲੱਗ ਨੇ ਕਿਸੇ ਦੇ ਰਜੋਗੋਣ ਨੇ ਕਿਸੇ ਦੇ ਤਮੋਗੋਣ ਨੇ ਕਿਸੇ ਦੇ ਸਤੋਗੋਣ ਨੇ ਤੁਸੀਂ ਇਹਨਾਂ ਵਿਚਾਰਾਂ ਨੂੰ ਸਾਰਿਆਂ ਦੇ ਵਿਚਾਰ ਮਿਲ ਜਾਣ ਤੇ ਕੀ ਕਰਨਾ ਪਵੇਗਾ ਇਕੱਠੇ ਬੈਠ ਕੇ ਸਿਮਰਨ ਕਰਨਾ ਪਵੇਗਾ ਤੇ ਕਿਵੇਂ ਕਰਨਾ ਹੈ ਉਹ ਗੁਰਬਾਣੀ ਚ ਦੱਸਿਆ ਕਹਿੰਦੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੀ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ ਤੇ ਜਦੋਂ ਤੁਸੀਂ ਸਿਮਰਨ ਇਕੱਠੇ ਬੈਠ ਕੇ ਕਰੋਗੇ ਆਸ ਆਸਤਾ ਕੀ ਹੋਏਗਾ ਕਿ ਤਿੰਨਾਂ ਦੇ ਵਿਚਾਰ ਖਤਮ ਹੋਣੇ ਸ਼ੁਰੂ ਹੋ ਜਾਣਗੇ ਕਿ ਇਕੱਲੀ ਵਾਹਿ ਦੇ ਗੁਰੂ ਦੀ ਆਵਾਜ਼ ਰਹਿ ਜੇਗੀ ਵਾਹ ਗੁਰੂ ਵਾਹ ਗੁਰੂ ਤਿੰਨੇ ਭਰਾ ਕਰ ਰਹੇ ਨੇ ਵਾਹ ਗੁਰੂ ਵਾਹ ਗੁਰੂ ਥੋੜੀ ਦੇਰ ਬਾਅਦ ਤਿੰਨਾ ਦੇ ਵਿਚਾਰ ਖਤਮ ਹੋ ਗਏ ਤੇ ਇਕੱਲੀ ਵਾਹਿ ਗੁਰੂ ਦੀ ਧੁਨ ਰਹਿ ਗਈ ਉਸ ਤੋਂ ਬਾਅਦ 10 ਮਿੰਟ ਬਾਅਦ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਉਸ ਸਿਮਰਨ ਕਰਨਾ ਕਿਧਰ ਚਲੇ ਗਏ ਉਹਨਾਂ ਦੇ ਮਨ ਸੱਚ ਚ ਚਲੇ ਗਏ ਇਧਰ ਚਲੇਗੇ ਜੀ ਫੁਰਨਿਆਂ ਤੋਂ ਰਹਿਤ ਹੋਗੇ ਸਹਿਤ ਚਲੇਗੇ ਫਤੇ ਬਲਾਉਣ ਤੋਂ ਬਾਅਦ ਤੇ ਆਪਾਂ ਵੱਡੇ ਭਰਾ ਨੂੰ ਕਿਹਾ ਵੱਡੇ ਵੀਰ ਜੀ ਵੀ ਆਹ ਕੰਮ ਆਪਾਂ ਓ ਕਹਿ ਗਿਆ ਠੀਕ ਹੈ ਜੀ ਕਰ ਲੋ ਦੂਸਰੇ ਨੂੰ ਪੁੱਛਿਆ ਤੇ ਉਹ ਕਹਿ ਕੇ ਕਰ ਲੋ ਕਿਉਂਕਿ ਕੋਈ ਵਿਚਾਰ ਜਿਹੜੇ ਰਜੋ ਤਮਸਾ ਤੋਂ ਵਿਚਾਰ ਉਹ ਖਤਮ ਹੋ ਗਏ ਵਿਚਾਰ ਮਿਲ ਗਏ ਇੱਕ ਰੈ ਹੋ ਗਈ ਸਾਰਿਆਂ ਦੀ ਤੇ ਚੜਦੀ ਕਲਾ ਹੋਏਗੀ ਫੈਮਲੀ ਦੇ ਵਿੱਚ ਪਰਿਵਾਰ ਵਿੱਚ ਵੀ ਰਿਸ਼ਤੇਦਾਰਾਂ ਦੇ ਵਿੱਚ ਵੀ ਅਸੀਂ ਤਾਂ ਐਂ ਕਰਦੇ ਹਾਂ ਅਸੀਂ ਜਦੋਂ ਵੀ ਸਾਨੂੰ ਕਿਤੇ ਲੋੜ ਪੈਂਦੀ ਹੈ ਤੇ ਫਟਾਫਟ ਅਸੀਂ ਫੈਮਿਲੀ ਮੈਂਬਰ ਇਕੱਠੇ ਹੁੰਨੇ ਆ ਸਿਮਰਨ ਕਰਦੇ ਆ ਤੇ ਵਿਚਾਰ ਮਿਲ ਜਾਂਦੇ ਜੀ ਤੇ ਚੜਦੀ ਕਲਾ ਤੇ ਸਿਮਰਨ ਮਹਾਰਾਜ ਨੇ ਬਾਣੀ ਚ ਦੱਸਿਆ ਬਾਰ ਬਾਰ ਕਰੋ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਬਾਰਿੰਗ ਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਮੰਤਨ ਤਰਪੀਏ ਬਾਰ ਬਾਰ ਜਪਨਾ ਰਸਨਾ ਜਪਤੀ ਤੂੰ ਹੀ ਤੂੰ ਹੀ ਤੂੰ ਹੀ ਕਿਹਨੂੰ ਕਹਿੰਦੇ ਮਾਲਕ ਨੂੰ ਕਿਹਨੂੰ ਕਹਿੰਦੇ ਤੇ ਮਾਲਕ ਨੂੰ ਆਪਾਂ ਰੱਬ ਨੂੰ ਜੇ ਡੈਡੀ ਕਹਿਣਾ ਹੋਵੇ ਤਾਂ ਆਪਾਂ ਕੀ ਕਹਿੰਦੇ ਆ ਵਾਹ ਗੁਰੂ ਵਾਹ ਗੁਰੂ ਜੇ ਤੁਸੀਂ ਵਾਹਿਗੁਰੂ ਕਹਿੰਦੇ ਹੋ ਜਿਵੇਂ ਬੱਚਾ ਆਪਣੇ ਪਿਤਾ ਨੂੰ ਡੈਡੀ ਕਹਿੰਦਾ ਤੁਸੀਂ ਐਂ ਕਹਿ ਰਹੇ ਹੋ ਡੈਡੀ ਹੈਨਾ ਤੇ ਉਹ ਫਿਰ ਆਵਾਜ਼ ਸੁਣਦਾ ਜਿਵੇਂ ਆਪਣਾ ਬੱਚਾ ਆਪਾਂ ਨੂੰ ਆਵਾਜ਼ ਮਾਰੇ ਡੈਡੀ ਡੈਡੀ ਤੇ ਆਪਾਂ ਕੰਨ ਖੜੇ ਕਰਕੇ ਸੁਣਦੇ ਆ ਹਾਂ ਪੁੱਤ ਦੱਸ ਕੀ ਚਾਹੀਦਾ ਇਸੇ ਤਰ੍ਹਾਂ ਜਿਹੜਾ ਸਾਡਾ ਪਿਤਾ ਹੈ ਉਹ ਬਿਨ ਬੋਲਿਆਂ ਜਾਣਦਾ ਹੈ। ਇਹੇ ਸਾਡੇ ਅੰਦਰ ਗੱਲ ਬਣੀ ਨਹੀਂ ਬਣ ਕੇ ਬਾਹਰ ਨਹੀਂ ਆਈ ਉਹ ਉਹ ਵੀ ਜਾਣਦਾ ਹੈ। ਹਾਂਜੀ ਤੇ ਉਹ ਜਦੋਂ ਦੇਖਦਾ ਹੈ ਕਿ ਬੱਚਾ ਹੁਣ ਮੈਨੂੰ ਯਾਦ ਕਰਦਾ ਹੈ ਮੇਰੇ ਤੋਂ ਕੁਝ ਮੰਗੇਗਾ ਜਾਂ ਮੇਰੇ ਤੋਂ ਕੋਈ ਰਹਿ ਲਏਗਾ ਜਾਂ ਮੈਨੂੰ ਕੋਈ ਸੁਝਾਅ ਦੇਵੇਗਾ ਤਾਂ ਉਹ ਅੱਗੋਂ ਬੋਲੇਗਾ। ਅੱਗੋਂ ਮਾਲਕ ਬੋਲੇਗਾ। ਗੁਰਬਾਣੀ ਦੇ ਵਿੱਚ ਦੱਸਿਆ ਮਾਲਕ ਬੋਲਦਾ ਹੈ। ਔਰ ਮਾਲਕ ਮੀਟਿੰਗ ਕਰਦਾ ਹੈ ਕਾਨਫਰੰਸ ਕਰਦਾ ਹੈ ਜ ਜਿੰਨੂੰ ਆਪਾਂ ਕਹਿੰਦੇ ਆ ਵੀ ਕੋਈ ਨਾ ਕੋਈ ਮਤਾ ਪਾਸ ਕਰਦਾ ਗੁਰਬਾਣੀ ਚ ਲਿਖਿਆ ਹੈ ਕਹਿੰਦੇ ਮਤਾ ਕਰੇ ਪੱਛਮ ਕੇ ਤਾਈਂ ਪੰਜਵੇਂ ਪਾਤਸ਼ਾਹ ਕੀ ਕਹਿੰਦੇ ਮਤਾ ਕਰੇ ਪੱਛਮ ਆਪਸਾ ਆ ਪਿਛਲਾ ਪਾਸ ਆ ਪੂਰਬ ਕਹਿੰਦੇ ਮਤਾ ਕਰੇ ਪੱਛਮ ਕੇ ਤਾਈਂ ਪੂਰਬ ਹੀ ਲੈ ਜਾਤ ਮੀਟਿੰਗ ਹੋ ਗਈ ਮਤਾ ਹੋ ਗਿਆ ਫਿਰ ਇੱਥੇ ਲੈ ਆਉਂਦਾ ਆ ਸਾਹਮਣੇ ਇੱਥੋਂ ਹੀ ਸਾਹ ਦੇ ਰਿਆ ਨਾ ਸਾਰਿਆਂ ਨੂੰ ਸਾਹ ਆ ਰਿਹਾ ਜਾ ਰਿਹਾ ਤੁਸੀਂ ਜੋ ਇੱਥੇ ਦੱਸਿਆ ਜਾ ਰਿਹਾ ਉਹਨੂੰ ਤੁਸੀਂ ਅਜਮਾ ਕੇ ਦੇਖਣਾ ਕੀ ਕਰਨਾ ਜੀ ਅਜਮਾਉਣਾ ਹੈ ਘਰੇ ਜਾ ਕੇ ਪ੍ਰੈਕਟੀਕਲ ਕਰਨਾ ਵੀ ਜੋ ਦੱਸਿਆ ਜਾ ਰਿਹਾ ਵਾਕਿਆ ਮੈਨੂੰ ਸਾਹ ਇੱਥੋਂ ਆ ਰਿਹਾ ਆ ਹੁਣ ਥੋੜੇ ਦਿਨਾਂ ਦੇ ਵਿੱਚ ਧੁੰਦ ਪੈਊਗੀ ਹੋਰ 2 ਮਹੀਨਿਆਂ ਨੂੰ ਤੁਸੀਂ ਦੇਖਿਓ ਵੀ ਧੁੰਦ ਕੋਈ ਟੀਵੀ ਤੇ ਕਿਸੇ ਨੂੰ ਸੁਣ ਲੋ ਜਾਂ ਵੈਸੇ ਤੁਸੀਂ ਆਪਦੇ ਆਪ ਨੂੰ ਚੈੱਕ ਕਰੋ ਤੁਹਾਡੇ ਅੰਦਰੋਂ ਧੁੰਦ ਆਏਗੀ ਤੇ ਉਹ ਧੁੰਦ ਸਾਹ ਅੰਦਰ ਵੀ ਜਾਏਗਾ ਤੇ ਬਾਹਰ ਵੀ ਨਿਕਲੇ ਜਦੋਂ ਬਾਹਰ ਜਾਏਗਾ ਇੱਥੋਂ ਤੱਕ ਤੁਹਾਨੂੰ ਦਿਖਾਈ ਦੇਗੀ ਇੱਥੋਂ ਤਾਂ ਨੂੰ ਇੱਥੇ ਜਾ ਕੇ ਦੇਖਣ ਵੜ ਜਾਂਦੇ ਕਿਉਂਕਿ ਮਾਲਕ ਇੱਥੋਂ ਸਵਾਸ ਦੇ ਰਿਹਾ ਹੈ ਉਹ ਸਵਾਸ ਇੱਥੋਂ ਫਿਰ ਜਦੋਂ ਆਉਂਦਾ ਉਹ ਨੱਕ ਰਾਹੀਂ ਪ੍ਰਵੇਸ਼ ਹੁੰਦਾ ਹੈ ਸਾਹ ਨੱਕ ਰਾਹੀਂ ਪ੍ਰਵੇਸ਼ ਹੁੰਦਾ ਆਪਾਂ ਐਂ ਕਰਦੇ ਨਾ ਹੁੰਦਾ ਨਾ ਉਹਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਵੀ ਇਹ ਸਾ ਕਿੱਥੇ ਖਤਮ ਹੁੰਦਾ ਜੀ ਕਿੱਥੇ ਦਿਸਣੋਂ ਅੜਦਾ ਕਿਉਂਕਿ ਹੁਣ ਮੌਸਮ ਠੀਕ ਹੈ ਹੁਣ ਨੀ ਨਾ ਬਦਲ ਲੱਗਦਾ ਧੁੰਦ ਦੇ ਦਿਨਾਂ 'ਚ ਦੇਖਿਓ ਵੀ ਇੱਥੋਂ ਧੁੰਦ ਆਇਆ ਕਰ ਗਿਆ ਜਾਂ ਜਾ ਕੇ ਉਹ ਸਾ ਹੀ ਹੈ ਨਾ ਉਹ ਸਾ ਦੇ ਨਾਲ-ਨਾਲ ਅੰਦਰ ਜਾਂਦੀ ਹੈ ਸਾ ਨਾ ਬਾਹਰ ਆਉਂਦੀ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੁਪਾਵੇ ਉਹ ਸਾਡੇ ਅੰਦਰ ਵੀ ਹੈ ਤੇ ਸਾਡੇ ਬਾਹਰ ਵੀ ਹੈ ਤੇ ਇੱਥੇ ਜਾ ਕੇ ਉਹ ਲੋਭ ਹੋ ਜਾਂਦਾ ਪੌਣ ਇੱਥੇ ਜਾ ਕੇ ਖਤਮ ਹੋ ਜਾਂਦੀ ਬੜਾ ਡੂੰਗਾ ਖੇਲਾ ਇਸ ਖੇਡ ਨੂੰ ਸਮਝੋ ਸਮਝਣ ਤੋਂ ਬਾਅਦ ਜੇ ਤੁਹਾਨੂੰ ਸਮਝ ਆਈ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਮੇਰੇ ਨਾਲ ਖੇਡਣ ਵਾਲੇ ਕਿਹੜੇ ਨੇ ਮੇਰੇ ਨਾਲ ਵਿਰੋਧੀ ਟੀਮ ਕਿਹੜੀ ਹੈ ਇਧਰ ਮਨ ਖੇਡਣ ਵਾਲਾ ਖਿਡਾਰੀ ਹੈ ਦੂਸਰੇ ਪਾਸੇ ਵਿਰੋਧੀ ਟੀਮਾਂ ਕਾਲ ਤੇ ਕਾਲ ਨੇ ਪੰਜ ਜਾਣੇ ਰੱਖੇ ਹੋਏ ਆਪਦੇ ਕੋਲੇ ਉਹ ਪੰਜੇ ਜਾਣੇ ਸਾਡੇ ਮਨ ਨੂੰ ਟਿਕਨ ਨਹੀਂ ਦਿੰਦੇ ਤੇ ਸੋਚੋ ਸਾਡੇ ਮਨ ਨੂੰ ਕੀ ਕਰਦੇ ਉਹ ਵਿਚਾਰਾਂ ਚ ਪਾਉਂਦੇ ਆ ਕੀ ਕਰਦੇ ਵਿਚਾਰਾਂ ਚ ਪਾਉਂਦੇ ਨੇ ਤੇ ਉਹ ਬੰਦੇ ਜਾਨਿਆਂ ਦਾ ਨਾਂ ਹੈਗਾ ਕਾਮ, ਕਰੋਧ, ਲੋਭ, ਮੋਹ, ਹੰਕਾਰ ਕੀ ਕਰਦੇ ਇਹ ਵਿਚਾਰ ਬਣਾਉਂਦੇ ਆ ਤੁਸੀਂ ਵਿਚਾਰਾਂ ਚ ਨਹੀਂ ਜਾਣਾ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਸਮਝਿਓ ਇੱਕ ਫਿਜ਼ੀਕਲ ਸਾਡੀਆਂ ਲੋੜਾਂ ਨੇ ਉਹ ਇੱਕ ਵੱਖਰਾ ਵਿਸ਼ਾ ਹੈ ਉਹ ਜਿਵੇਂ ਰੋਟੀ ਪਾਣੀ ਦੀ ਲੋੜ ਆ ਉਹ ਇੱਕ ਅਲੱਗ ਆ ਉਹਨੂੰ ਇਹਨਾਂ ਚ ਨਹੀਂ ਗਿਨਣਾ ਇਹਨਾਂ ਨੂੰ ਤੁਸੀਂ ਗਿਨਣਾ ਸਿਰਫ ਵੀ ਇਹ ਕਾਮ ਕਰੋ ਲੋ ਮੋਹੰਕਾਰ ਸਾਨੂੰ ਵਿਚਾਰਾਂ ਚ ਪਾ ਕੇ ਸਾਡੇ ਸਵਾਸਾਂ ਦਾ ਤਨ ਨਜਾਇਜ਼ ਖਰਚ ਕਰਾਉਂਦੇ ਆ ਏਕ ਏਕ ਸਵਾਸ ਜਿਹੜਾ ਉਹਦੀ ਦੁਨੀਆ ਦੀ ਸਾਰੀ ਧਨ ਦੌਲਤ ਇਕੱਠੀ ਕਰਕੇ ਰੱਖਦੀਏ ਤੇ ਮਾਲਕ ਨੂੰ ਕਹੀਏ ਮਹਾਰਾਜ ਵਿਆਹ ਗੁਰਮੁਖ ਸਾਡੇ ਨੋ ਵਿਛੜ ਗਏ ਨੂੰ ਇੱਕ ਸਾਥ ਦੇ ਦਿਓ ਤੇ ਸਾਥ ਮਿਲਣਾ ਨਹੀਂ ਜਦੋਂ ਸਰੀ ਛੱਡ ਕੇ ਸਾਥ ਨਹੀਂ ਮਿਲਣਾ ਤੇ ਇਹਨਾਂ ਸਵਾਸਾਂ ਨੂੰ ਇਹ ਪੰਜੇ ਜਾਣੇ ਵਿਚਾਰਾਂ ਦੇ ਵਿੱਚ ਪਾ ਕੇ ਹੁਣ ਮੰਨ ਲਓ ਵੀ ਆਪਾਂ ਨੂੰ ਲੋਭ ਦਾ ਵਿਚਾਰ ਆਇਆ ਲੋਭ ਮੀਨ ਤੇ ਲਾਲਚ ਕਿਸੇ ਨੇ ਲਾਲਚ ਦੀ ਕੋਈ ਗੱਲ ਕੀਤੀ ਵੀ ਉੱਥੇ ਪਲਾਟ ਬੜਾ ਸਸਤਾ ਮਿਲਦਾ ਹੈ ਲੱਖ ਰੁਪਏ ਵਾਲਾ ਨਾ 25000 ਚ ਮਿਲਦਾ ਉਹ ਕਹਿ ਕੇ ਚਲਾ ਗਿਆ ਉਹ ਕਹਿੰਦਾ ਆਪਾਂ ਕੱਲ ਨੂੰ ਦੇਖਾਂਗੇ ਤੇ ਤੁਹਾਨੂੰ ਤਾਂ ਸਾਰੀ ਰਾਤ ਵੀ ਪੈਣ ਲੱਗਿਆ ਵੀ ਵੀ ਕਦੋਂ ਦਿਨ ਚੜੇ ਅੱਧੀ ਰਾਤ ਨੂੰ ਅੱਖੇ ਖੁੱਲੀਆਂ ਕਦੋਂ ਉਹੀ ਚਿੰਤਾ ਹੈਗਾ ਕਿੰਨੇ ਸਵਾਸ ਗਏ ਕਿੰਨੀ ਦੇਰ ਸੋਈਦੇ ਰਹੇ ਹਨ ਬਸ ਆ ਚੀਜ਼ਾਂ ਨੇ ਆ ਵਿਚਾਰਾਂ ਤੋਂ ਮਾਰੇ ਨੇ ਤਾਂ ਹੀ ਲਿਖਿਆ ਨਾ ਗੁਰਬਾਣੀ ਚ ਕਹਿੰਦੇ ਵਿਚਾਰ ਮਾਰੇ ਤਰੇ ਤਾਰੇ ਉਲਟ ਜੂਨ ਨਾ ਆਵੇ ਕਹਿੰਦੇ ਉਲਟ ਕੇ ਦੁਬਾਰਾ ਜੂਨ ਵਿੱਚ ਨਹੀਂ ਆਉਂਗੇ ਵਿਚਾਰ ਮਾਰੋ ਤੇ ਹੁਣ ਵਿਚਾਰ ਕਿਵੇਂ ਮਾਰਨੇ ਨੇ ਸਿਮਰਨ ਕਰਕੇ ਵਾਹ ਗੁਰੂ ਸਿਮਰਨ ਕਰਨਾ ਵਾਹ ਗੁਰੂ ਬਸ਼ਰਤੇ ਕੇ ਬੋਲ ਕੇ ਕੰਨ ਨਾਲ ਸੁਨਣਾ ਆਵਾਜ਼ ਨੂੰ ਸੁਨਣਾ ਜਿਵੇਂ ਜਿਵੇਂ ਤੁਸੀਂ ਆਵਾਜ਼ ਨੂੰ ਸੁਣਦੇ ਜਾਓਗੇ ਅੱਗੇ ਨਾਮ ਪ੍ਰਗਟ ਹੋਏਗਾ ਨਵੇਂ ਗੁਰਮੁਖਾਂ ਨੂੰ ਅੰਮ੍ਰਿਤ ਰਸ ਆਏਗਾ ਫਿਰ ਜਦੋਂ ਅੱਗੇ ਪ੍ਰਕਾਸ਼ ਹੋਏਗਾ ਨਾ ਜਦੋਂ ਪ੍ਰਕਾਸ਼ ਹੋਏਗਾ ਤੇ ਗੁਰੂ ਨੇ ਵਿਸ਼ਵਾਸ ਦਿਵਾ ਦੇਣਾ ਤੁਹਾਨੂੰ ਵੀ ਇਹ ਮਾਲਕ ਆ ਇਹ ਕੌਣਾ ਜੀ ਮਾਲਕ ਆ ਨਾ ਪ੍ਰਕਾਸ਼ ਰੂਪ ਚ ਅਚਲ ਮੂਰਤ ਅਨਭਾਉ ਪ੍ਰਕਾਸ਼ ਅਮਦੋਜ ਕਹੀ ਜਾ ਤਾ ਉਹ ਦਿਨ ਤੁਹਾਡੇ ਮਨ ਨੂੰ ਕਿਹਾ ਜਾਏਗਾ ਵੀ ਇਹ ਮਨ ਹੁਣ ਖਾਲਸਾ ਹੈ ਇਕ ਕੀ ਹੈ ਜੀ ਖਾਲਸਾ ਖਾਲਸਾ ਅਕਾਲ ਪੁਰਖ ਕੀ ਫੌਜ ਉਹਦੀ ਫੌਜ ਵਿੱਚ ਫਿਰ ਭਰਤੀ ਹੋਵਾਂਗੇ ਜਦੋਂ ਖਾਲਸ ਹੋਵਾਂਗੇ ਖਾਲਸ ਮੇਂਜ ਸੁੱਚੇ ਹੋਵਾਂਗੇ ਕੀ ਹੋਵਾਂਗੇ ਜੀ ਸੁੱਚੇ ਕਹੋ ਨਾਨਕ ਸੱਚ ਤੇ ਆਈਏ ਸੱਚ ਹੋਵੇ ਤਾਂ ਸੱਚ ਪਾਈਏ ਫਿਰ ਕੀ ਕਹਿੰਦੇ ਕਹਿੰਦੇ ਪੂਰਨ ਜੋਤ ਜਗੈ ਘਟ ਮਹ ਹੈ ਤਬ ਖਾਲਸ ਜੋਤ ਮੇਂਜ ਪ੍ਰਕਾਸ਼ ਕਹਿੰਦੇ ਜਦੋਂ ਪ੍ਰਕਾਸ਼ ਹੋ ਗਿਆ ਤੁਸੀਂ ਖਾਲਸੇ ਹੋ ਤੇ ਜੇ ਪ੍ਰਕਾਸ਼ ਨਹੀਂ ਹੋਇਆ ਤਮੈ ਤਾਂ ਨਹੀਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਕਹ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਤਬ ਨਖਾਲਸ ਜਾਣੇ ਕਹਿੰਦੇ ਫਿਰ ਨਖਾਲਸ ਮਿੰਜ ਮੈਲੇ ਨਖਾਲਸ ਦਾ ਮਤਲਬ ਕੀ ਹੈ ਖਾਲਸ ਮਿੰਜ ਜਿ ਸ਼ੁੱਧ ਪਵਿੱਤਰ ਨਖਾਲਸ ਮਿੰਜ ਮੈਲੇ ਇਹ ਜੇ ਮਨ ਮੈਲਾ ਹੈ ਮਨ ਮੈਲੇ ਸਭ ਕੁਝ ਮੈਲਾ ਤਨ ਧੋਤੇ ਮਨ ਹਸ਼ਿਆ ਨਾ ਹੋਏ ਇਹ ਜਗਤ ਪਰਮ ਭਲਾਇਆ ਵਿਰਲਾ ਬੁਝੇ ਕੋਈ ਕੋਈ ਵਿਰਲਾ ਗੁਰਮੁਖੀ ਬੁੱਝਦਾ ਕਿਉਂਕਿ ਭਰਮ ਵਿੱਚ ਪਾਇਆ ਗਿਆ ਨਾ ਇਹ ਜਗਤ ਭਰਮੋਂ ਭੁਲਾਇਆ ਕਿੰਨੇ ਭੁਲਾਇਆ ਵੇਹ ਤਾਂ ਮਾਲਕ ਨੇ ਭੁਲਾਇਆ ਕਿੰਨੇ ਭੁਲਾਇਆ ਉਹਨੇ ਖੇਡ ਸ਼ੁਰੂ ਕਰਨਾ ਸੀ ਨਾ ਖੇਡ ਸ਼ੁਰੂ ਕਰਨ ਵਾਸਤੇ ਉਹਨੇ ਆਪਣੀ ਫੈਮਲੀ ਤਿਆਰ ਕੀਤੀ ਫੈਮਲੀ ਤਿਆਰ ਕਰਕੇ ਤੇ ਆਪਣੇ ਨਾਲੋਂ ਵਿਛੋੜ ਕੇ ਭੇਜਤਾ ਮਾਲਕ ਦੇ ਫੈਮਲੀ ਮੈਂਬਰ ਕਿਹੜੇ ਨੇ ਆਤਮਾ ਮਨ ਧਰਮ ਰਾਏ ਚੇਦਰਗੁਪਤ ਜਮ ਕਾਲ ਕਹਿੰਦੇ ਆ ਤੇ ਆਪਣਾ ਆਪਣਾ ਤਰੇ ਗੁਨ ਮਾਇਆ ਇਹ ਸਾਰੇ ਫੈਮਿਲੀ ਮੈਂਬਰ ਨੇ ਵਿੱਚ ਇਹ ਆ ਕੇ ਕੰਮ ਕਰੋ ਲਓ ਇਹ ਵੀ ਫੈਮਿਲੀ ਮੈਂਬਰ ਨੇ ਹੁਣ ਫੈਮਿਲੀ ਨੂੰ ਬਾਕੇ ਉਹਨੇ ਡਿਊਟੀਆਂ ਲਾਤੀਆਂ ਮਾਲਕ ਨੇ ਤੂੰ ਆ ਰੋਲ ਕਰਨਾ ਤੂੰ ਆ ਕਰਨਾ ਤੂੰ ਆ ਕਰਨਾ ਇਹ ਡਿਊਟੀਆਂ ਕਰਦੇ ਆਪਦੀ ਤੇ ਇਧਰ ਜਦੋਂ ਆਪਾਂ ਨੂੰ ਇਹ ਸਰੀਰ ਦੇ ਵਿੱਚ ਭੇਜਿਆ ਤੇ ਸਾਨੂੰ ਭਰਮ ਪੈ ਗਿਆ ਕੀ ਭਰਮ ਵਿੱਚ ਪਾ ਦਿੱਤਾ ਵੀ ਤੁਸੀਂ ਆਪ ਦੇ ਆਪ ਨੂੰ ਆ ਸਰੀਰ ਸਮਝੋ ਪਰ ਗੁਰਮੁਖ ਆਪਾ ਸਰੀਰ ਨਹੀਂ ਆ ਆਪਾਂ ਲਾਈਟ ਆ ਆਪਾਂ ਕੀ ਆ ਇੱਕ ਚਾਨਣ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਆਪਾਂ ਚਾਨਣ ਇਹ ਜਿਹੜਾ ਸਰੀਰ ਹੈ ਇਹ ਤਾਂ ਕੁਝ ਸਮੇਂ ਲਈ ਹੈ ਸਾਡੇ ਕੋਲੇ ਜਿੱਦਣ ਸਮਾਂ ਤੇ ਸਵਾਸ ਖਤਮ ਹੋ ਗਏ ਸੰਸਾਰ ਤੇ ਆਰਾਮ ਗਿਓ ਰਾਵਣ ਗਿਓ ਤੇ ਅਸੀਂ ਵੀ ਜਾਣਾ ਜਿੱਦਣ ਮੇਰੇ ਗਿੰਤੀ ਦੇ ਸਵਾਸ ਦਿੱਤੇ ਖਤਮ ਹੋ ਗਏ ਮੈਂ ਜਾਣਾ ਹੀ ਜਾਣਾ ਮੈਨੂੰ ਨੇ ਬੁਲਾ ਲੈਣਾ ਹੈ ਤੇ ਮੈਂ ਸਰੀਰ ਛੱਡ ਜਾਣਾ ਆਪਾਂ ਨੂੰ ਸਾਰਿਆਂ ਨੂੰ ਵਾਰੀ ਆਪੋ ਆਪਣੀ ਜਿੰਨੇ ਜਿੰਨੇ ਸਵਾਸ ਮਿਲੇ ਨੇ ਇੱਥੇ ਜਹਾਨ ਤੇ ਕੋਈ ਨਹੀਂ ਰਿਹਾ ਕਿਸੇ ਨੇ ਰਹਿਣਾ ਨਹੀਂ ਫਿਕਰ ਕਰੀਏ ਆਪਾਂ ਜਿੱਥੇ ਸਰੀਰ ਛੱਡ ਕੇ ਜਾਣਾ ਉਹ ਜਗ੍ਹਾ ਨੂੰ ਪਹਿਲਾਂ ਸਰੀਰ ਵਿੱਚ ਰਹਿੰਦਿਆਂ ਪਛਾਣੋ ਮੈਂ ਅੱਜ ਭਾਈ ਅਮਨਬ੍ਰੀਤ ਸਿੰਘ ਜੀ ਦੇ ਗ੍ਰਹਿ ਵਿਖੇ ਆਪਣਾ ਇਹ ਪ੍ਰੋਗਰਾਮ ਹੋ ਰਿਹਾ ਕਈ ਵਾਰੀ ਆਏ ਆ ਨਾ ਪਹਿਲੀ ਵਾਰੀ ਆਏ ਤੇ ਸਾਨੂੰ ਅੱਗੋਂ ਲੈਣ ਗਏ ਸੀ ਦੂਸਰੀ ਵਾਰੀ ਸਾਨੂੰ ਨਿਸ਼ਾਨੀ ਲੱਗ ਗਈ ਵੀ ਠੀਕ ਹੈ ਇੱਥੇ ਜੇ ਘਰ ਆਗੇ ਫੇਰ ਅੱਗੇ ਲਗਾਤਾਰ ਆਉਂਦੇ ਰੇ ਨਿਸ਼ਾਨੀਆਂ ਲੱਗਦੀਆਂ ਗਈਆਂ ਹਨ ਹੁਣ ਨਹੀਂ ਪੁੱਛਣਾ ਪੈਂਦਾ ਠੀਕ ਹੈ ਜੀ ਹੁਣ ਸਿੱਧੇ ਇੱਥੇ ਆ ਜਾਨੇ ਆ ਇੱਥੋਂ ਦੀ ਨਿਸ਼ਾਨੀ ਲਾ ਲਈ ਮੰਚ ਬਈਆ ਖੰਬੇ ਆਉਣਗੇ ਖਾਲੀ ਪਲਾਟ ਹੈ ਕਹਿੰਦੇ ਨਾਲ ਮੁੜ ਜਾਣਾ ਹਨਾ ਇਸੇ ਤਰ੍ਹਾਂ ਜਿੱਥੇ ਆਪਾਂ ਸ੍ਰੀ ਜਿੱਥੋਂ ਆਪਾਂ ਆਏ ਆ ਜਿੱਥੇ ਅਸਲੀ ਜਗ੍ਹਾ ਤੇ ਆਪਾਂ ਜਾਣਾ ਹੈ ਉੱਥੋਂ ਦੀ ਨਿਸ਼ਾਨੀ ਕੋਈ ਤਾਂ ਲਾ ਲਓ ਜੇ ਤੁਸੀਂ ਨਿਸ਼ਾਨੀ ਲਾਉਂਗੇ ਜਦੋਂ ਮਾਲਕ ਬੁਲਾਇਆ ਗਿਆ ਤੇ ਸਿੱਧੇ ਮਾਲਕ ਕੋਲੇ ਜਾਓਗੇ ਤੇ ਜੇ ਨਿਸ਼ਾਨੀ ਲਾਈ ਨਾ ਜਿੱਥੇ ਜਾਣਾ ਤੇ ਫਿਰ ਗਰੰਟੀ ਨਹੀਂ ਕੋਈ ਵੀ ਤੁਸੀਂ ਉੱਥੇ ਜਾਓਗੇ ਜਿੱਥੋਂ ਆਏ ਸਰੀਰ ਛੱਡ ਕੇ ਜਾਵਾਂਗੇ ਲੇਕਿਨ ਇੱਛਾ ਦੇ ਮਤਾਬਕ ਮਾਲਕ ਦੂਜੀਆਂ ਜੂਨਾਂ 'ਚ ਭੇਜੇਗਾ 84 ਲੱਖ ਜੂਨ ਹਨਾ ਲੱਖ 84 ਜੂਨ ਸਭਾਈ ਮਾਨਸ ਕੋ ਪ੍ਰਭ ਦੀਵ ਡਿਆਈ ਇਸ ਪੌੜੀ ਤੇ ਜੋ ਨਰ ਚੁਕੇ ਆਏ ਜਾਂ ਦੁਖ ਪਾਇਦਾ ਇਸ ਪੌੜੀ ਤੋਂ ਇਹ ਮਨੁੱਖ ਜਾਮਾ ਆਪਾਂ ਨੂੰ ਮਿਲਿਆ ਜਿਨ੍ਹਾਂ ਨੂੰ ਮਿਲਿਆ ਇਹ ਸਮਝ ਲੋ ਵੀ ਪੌੜੀ ਦਾ ਖੀਰਲਾ ਟੰਬਾ ਸਮਝਣ ਕੀ ਸਮਝਣ ਜੀ ਪੌੜੀ ਦਾ ਖੀਰਲਾ ਟੰਬਾ ਹੈ ਜੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਤੁਸੀਂ ਮਿਲ ਗਏ ਤੇ ਸਮਝ ਲੋ ਪਾਰ ਚੜ ਗਏ ਉੱਪਰ ਤੇ ਜੇ ਨਾ ਮਿਲੇ ਤਉ ਪਰੋਂ ਹੱਥ ਛੁੱਟ ਜੇਗਾ ਤੇ ਫਿਰ ਥੱਲੇ ਡਿਗਾਗੇ ਜਦੋਂ ਥੱਲੇ ਡਿਗਾਗੇ ਫਿਰ ਟੰਬੇ ਤੈਅ ਕਰਨੇ ਪੈਣਗੇ ਫਿਰ ਗੁਰੂ ਮਹਾਰਾਜ ਕਹਿੰਦੇ ਜੁਗਾਂ ਦੇ ਯੁਗ ਲੱਗ ਜਾਣਗੇ ਦੁਬਾਰਾ ਮਨੁੱਖ ਜਮਾ ਲੈਣਗੇ ਫਿਰ ਤੇ ਫਿਰ ਤੇ ਬਹੁਤੇ ਯੁਗ ਹਾਰਿਓ ਮਾਂਸ ਦੇ ਲਈ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਗਾਣੀ ਕਹਿੰਦੇ ਹੁਣ ਮਿਲਨ ਦੀ ਵਾਰ ਹੀ ਕੋਈ ਸਿਮਨ ਨਹੀਂ ਕਰਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਸੌਖਾ ਕੀਤਾ ਉਹ ਕਹਿੰਦੇ ਪੁੱਤ ਕਾਰੋਬਾਰ ਕਰਦੇ ਹੋਏ ਭਗਤੀ ਕਰੋ ਭਗਤੀ ਕਰਦੇ ਹੋਏ ਕਾਰੋਬਾਰ ਕਰੋ ਇਹ ਨਹੀਂ ਕਿਹਾ ਵੀ ਉਹਨਾਂ ਨੇ ਕੰਮ ਧੰਦੇ ਛੱਡ ਦਿਓ ਜੋਬ ਛੱਡ ਦਿਓ ਆਪਦਾ ਬਿਜ਼ਨਸ ਛੱਡ ਦਿਓ ਨਾ ਇਹ ਨਹੀਂ ਕਿਹਾ ਉਹਨਾਂ ਨੇ ਉਲਟਾ ਕਰਕੇ ਦਿਖਾਇਆ ਹਲ ਚਲਾ ਕੇ ਦਿਖਾਇਆ ਦੁਕਾਨ ਕਰਕੇ ਦਿਖਾਈ ਸਾਨੂੰ ਹਾਂਜੀ ਵਪਾਰ ਕਰਕੇ ਦਿਖਾਇਆ ਆਪਾਂ ਕਿਰਤ ਕਰਦੇ ਆ ਉਹ ਜਿਹੜੀ ਆਪਾਂ ਬਾਹਰੀ ਕਿਰਤ ਕਰਦੇ ਆ ਉਹ ਤਨ ਲਈ ਕਰਦੇ ਆ ਜੀ ਕਿੰਦੇ ਲਈ ਕਰਦੇ ਆ ਤਨ ਦੇ ਅੱਛਾ ਖਾਣ ਲਈ ਅੱਛਾ ਪਹਿਨਣ ਲਈ ਅੱਛਾ ਰਹਿਣ ਲਈ ਅੱਛਾ ਆਉਣ ਜਾਣ ਲਈ ਇਹ ਹੀ ਚੀਜ਼ਾਂ ਲੈਣੇ ਨਾ ਪੈਸੇ ਕਮਾ ਕੇ ਲੇਕਿਨ ਮਨ ਦੇ ਲਈ ਨਹੀਂ ਇੱਥੇ ਕੁਝ ਹੈਗਾ ਮਨ ਦੇ ਲਈ ਉਥੇ ਆ ਜਿੱਥੇ ਮਨ ਦਾ ਘਰ ਤੇ ਮਨ ਦਾ ਘਰ ਕਿਹੜਾ ਥਿਰ ਘਰ ਨਿਜ ਮਹਿਲ ਤੇ ਜਦੋਂ ਮਨ ਬੱਚਾ ਉਥੇ ਜਾਏਗਾ ਉਹਦੇ ਲਈ ਉਥੇ ਸੁੱਖ ਸਹੂਲਤਾਂ ਰੱਖੀਆਂ ਨੇ ਉਹ ਫਿਰ ਸੁਖ ਸੂਲਦੋਂ ਉੱਥੋਂ ਮਾਣੇਗਾ ਤੇ ਮਹਾਰਾਜ ਨੇ ਗੁਰਬਾਣੀ ਵਿੱਚ ਆਪਾਂ ਨੂੰ ਨਿਚੋੜ ਦੱਸ ਰਹੇ ਨੇ ਕਹਿੰਦੇ ਭਾਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਇਹ bari ਹੈ ਮੌਕਾ ਹੈ ਇਹਨੂੰ ਸੰਭਾਲ ਲਓ ਪਤਾ ਨਹੀਂ ਕਦੋਂ ਕਿੰਦੇ ਸਵਾਸ ਖਤਮ ਹੋ ਜਾਣੇ ਪਤਾ ਨਹੀਂ ਕਿਸੇ ਨੂੰ ਕੋਈ ਨਹੀਂ ਪਤਾ ਹਾਂ ਭਗਤੀ ਕਰਨ ਵਾਲਿਆਂ ਨੂੰ ਪਤਾ ਹੁੰਦਾ ਉਹ ਜਨਾਦਨ ਦਾ ਮਾਲਕ ਪੁੱਤ ਵੀ ਇੰਨਾ ਕਿ ਤੇਰਾ ਸਮਾਂ ਰਹਿ ਗਿਆ ਕਨੇ ਤੇ ਆਪਦਾ ਪਿਆਰ ਬਦਾਲਾ ਕਨੇ ਤੇ ਮਾਲਕ ਨੇ ਹੱਟ ਨਾਲ ਨਹੀਂ ਮਿਲਣਾ ਕਿੰਨਾ ਮਿਲਣਾ ਪਿਆਰ ਨਾਲ ਮਿਲਣਾ ਜੇ ਹੱਟ ਨਾਲ ਮਿਲਣਾ ਹੁੰਦਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਨਹੀਂ ਸੀ ਕਹਿੰਦੇ ਸਾਚ ਕਹੂੰ ਸੁਣ ਲਿਓ ਸਭੇ ਜਿਨ ਬ੍ਰੇਮ ਕੀਓ ਉਹਨਾਂ ਨੇ ਪ੍ਰੇਮ ਨਾਲ ਗਿਆ ਪ੍ਰੇਮ ਕਰੋ ਪ੍ਰੇਮ ਨਾਲ ਜਪਵਾ ਗੁਰੂ ਵਾ ਗੁਰੂ ਸਿਮਰਨ ਕਰਦਿਆਂ ਕਰਦਿਆਂ ਨੀਂਦ ਆ ਜੇ ਨੀਂਦ 'ਚ ਜਾਓ ਤੇ ਜਦੋਂ ਨੀਂਦ ਤੋਂ ਫਿਰ ਬਾਹਰ ਆਵਾਂ ਫਿਰ ਵਾਹ ਗੁਰੂ ਫਿਰ ਨੀਂਦ ਆਏਗੀ ਫਿਰ ਜਾਓ बार-बार ਨੀਂਦ ਵਿੱਚ ਜਾਓ ਫਿਰ ਮਾਲਕ ਬੁਲੇਗਾ ਬੋਲੇਗਾ ਤੇ ਕੀ ਪ੍ਰਗਟ ਹੋਏਗਾ ਤੁਨ ਪ੍ਰਗਟ ਹੋਏਗੀ ਤੁਨ ਉਪਜੇ ਸ਼ਬਦ ਜਗਾਇਆ ਸ਼ਬਦ ਨਾਮ ਨੂੰ ਕਹਿੰਦੇ ਨੇ ਤੁਨ ਕੰਨਾਂ ਦੇ ਵਿੱਚ ਬਿਨਾ ਸਾਜ਼ਾਂ ਤੋਂ ਸਾਜ਼ ਸੁਣਾਈ ਦੇਗਾ ਕੰਨਾਂ ਦੇ ਵਿੱਚ ਬਿਨਾ ਸਾਜ਼ਾਂ ਤੋਂ ਸਾਜ਼ ਵੱਜਦੇ ਸੁਣਾਈ ਦੇਣਗੇ ਉਹ ਜਿਹੜੇ ਸਾਜ਼ ਵੱਜਣਗੇ ਉਹ ਕਿਸ ਤਰ੍ਹਾਂ ਦੀਆਂ ਹੋਣਗੇ ਉਹਨਾਂ ਦੀਆਂ ਆਵਾਜ਼ਾਂ ਜਿਵੇਂ ਤਪਲਾ ਵੱਜਦਾ ਜਿਵੇਂ ਰਬਾਬ ਵਜਦੀ ਹੈ ਜਿਵੇਂ ਘੁੰਗਰੂ ਛਣਕਦੇ ਹੈ ਜਿਵੇਂ ਬੰਸਰੀ ਵਜਦੀ ਹੈ ਜਿਵੇਂ ਸ਼ੰਖ ਵੱਜਦਾ ਇਸ ਤਰ੍ਹਾਂ ਦੀਆਂ ਆਵਾਜ਼ਾਂ ਨੇ ਤੇ ਜੇ ਇਸ ਤਰ੍ਹਾਂ ਦੇ ਤੁਹਾਨੂੰ ਕੰਨਾਂ 'ਚ ਸਾਜ਼ ਸੁਣਾਈ ਦੇਣ ਤਾਂ ਤੁਸੀਂ ਇਹ ਸਮਝ ਲੈਣਾ ਵੀ ਮਾਲਕ ਨੇ ਮੈਨੂੰ ਹੁਣ ਜਗਾਉਣਾ ਹੈ ਮਾਲਕ ਨੇ ਹੁਣ ਮੈਨੂੰ ਜਗਾਉਣਾ ਹੈ ਇੱਕ ਦਾ ਤਨ ਦਾ ਜਾਗਣਾ ਸਵੇਰੀ ਤੜਕੇ ਇੱਕ ਮਨ ਦਾ ਜਾਗਣਾ ਹੁਣ ਮਨ ਕਦੋਂ ਦਾ ਸੁਤਾ ਹੈ ਕਹਿੰਦੇ ਗੁਰ ਪੂਰੇ ਕੀ ਚਰਨੀ ਲਾਗ ਜਨਮ ਜਨਮ ਕਾ ਸੋਇਆ ਜਾਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦਾ ਮਨ ਜਨਮਾਂ ਜਨਮਾਂ ਦਾ ਸੁਤਾ ਹੈ ਤੇ ਹੁਣ ਸੋਚੋ ਮਨ ਜਨਮਾਂ ਦਾ ਕਿੱਥੇ ਸੁਤਾ ਹੈ ਵਿਚਾਰਾਂ ਚ ਕਿੱਥੇ ਸੁਤਾ ਹੈ ਤਿੰਨ ਗੁਣੇ ਸੰਸਾਰ ਪਰਮ ਸੁਤਾ ਸੁਤਿਆ ਰਹਿਣਾ ਵਿਹਾਨੀ ਤਿੰਨ ਗੁਣ ਰਜੋ ਗੁਣ ਤਮੋ ਗੁਣ ਸਤ ਗੁਣ ਇਹਨਾਂ ਵਿੱਚ ਪਿੱਛੋਂ ਵੀ ਸੁੱਤਾ ਹੀ ਆਇਆ ਤੇ ਹੁਣ ਵੀ ਸੁੱਤਾ ਜੇ ਵਿਚਾਰਾਂ ਚ ਤੇ ਹੁਣ ਮੌਕਾ ਆਪਣੇ ਕੋਲੇ ਹੁਣ ਜਗਾ ਸਕਦੇ ਆ ਤੇ ਕਿਵੇਂ ਜਾਗੇਗਾ ਮਨ ਇਹ ਵੀ ਮਹਾਰਾਜ ਨੇ ਬਾਣੀ ਚ ਦੱਸਿਆ ਵੀ ਮਨ ਜਾਗੇਗਾ ਕਿਵੇਂ ਕਹਿੰਦੇ ਸਿਮਰ 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 ਗੁਰ ਆਪਣਾ ਸੋਇਆ ਮਨ ਦਿਖਾਈ ਕਹਿੰਦੇ ਸੁੱਤਾ ਮਨ ਜਾਗ ਭੇਗਾ ਕਿਵੇਂ ਸਿਮਰਨ ਬਾਰ ਬਾਰ ਕਰੋ ਸਿਮਰਨ ਕਰਦਿਆਂ ਨੀਂਦ ਆਏਗੀ ਨੀਂਦ ਚ ਜਾਓ ਫੇਰ ਨੀਂਦੋਂ ਬਾਹਰ ਆਏ ਫੇਰ ਸਿਮਨਨ ਕਰੋ ਫੇਰ ਨੀਂਦ ਆਏਗੀ ਇਸ ਨੀਂਦ ਤੇ ਜਾਓ ਬਾਰ-ਬਾਰ ਨੀਂਦ ਤੇ ਜਾਉਗੇ ਉਹਨੂੰ ਕੀ ਕਹਿੰਦੇ ਨੇ ਆਪਾਂ ਇਧਲੀ ਭਾਸ਼ਾ 'ਚ ਨੀਂਦ ਕਹਿੰਦੇ ਆ ਗੁਰਬਾਣੀ ਵਿੱਚ ਉਹਨੂੰ ਨੀਂਦ ਨਹੀਂ ਕਹਿੰਦੇ ਉਹਨੂੰ ਸੁੰਨ ਕਹਿੰਦੇ ਆ ਕੀ ਕਹਿੰਦੇ ਆ ਜੀ ਸੁੰਨ ਵੀ ਮਨ ਮਨ ਸੁੰਨ ਚ ਜਾ ਰਿਹਾ ਬਾਰ-ਬਾਰ ਤੇ ਉਹ ਫੇਰ ਅੱਗੇ ਜਗਾ ਲੇਗਾ ਆਓ ਫੇਰ ਸੁੰਨ ਵਿੱਚ ਜਾਣ ਲਈ ਆਪਾਂ ਸਿਮਨਨ ਕਰੀਏ ਸਰੀਰ ਨੂੰ ਰਿਲੈਕਸ ਰੱਖਣਾ ਜੀ ਆ ਬਾਡੀ ਨੂੰ ਰਿਲੈਕਸ ਰੱਖਣਾ ਅਕੜਾ ਕੇ ਨਹੀਂ ਬੈਠਣਾ ਕਈ ਵਾਰੀ ਆਇਆ ਪੂਰਾ ਪਤਣ ਕੇ ਬੈਠਦੇ ਆ ਬਿਲਕੁਲ ਨਹੀਂ ਬੈਠਣਾ ਰਿਲੈਕਸ ਵੀ ਛੇਤੀ ਸਰੀਰ ਤੋਂ ਵੱਖ ਹੋ ਜੀ ਜੇ ਤਣ ਕੇ ਬੈਠਾਂਗੇ ਵੱਖ ਨਹੀਂ ਹੋਇਆ ਜਾਣਾ ਸਰੀਰ ਨੂੰ ਵੀ ਬਿਲਕੁਲ ਢਿੱਲਾ ਛੱਡ ਕੇ ਰੱਖੋ ਅੱਖਾਂ ਨੂੰ ਵੀ ਸਿਰਫ ਢਿੱਲਾ ਅੱਖਾਂ ਦਾ ਵੀ ਜ਼ੋਰ ਨਹੀਂ ਲਾਉਣਾ ਆਰਾਮ ਨਾਲ ਅੱਖਾਂ ਬੰਦ ਕਰਕੇ ਸਾਹਮਣੇ ਦੇਖਣਾ ਅੱਖਾਂ ਬੰਦ ਕਰਕੇ ਆ ਦੋ ਪੁਆਇੰਟ ਨੇ ਆਪਣੇ ਖੱਬਾ ਤੇ ਸਜਾ ਕੋਏ ਇੱਥੋਂ ਤੁਸੀਂ ਆ ਨੱਕ ਦੀ ਨੋਕਲੇ ਪਾਸੇ ਦੇਖੋ ਅੱਗੇ ਸੋਨ ਨੂੰ ਨੇਰਾ ਅਕਾਸ਼ ਵਾਂਗੂ ਦਿਖਾਈ ਦਿੰਦਾ ਇੱਥੇ ਦੇਖੀ ਚਲੋ ਇੱਥੇ ਦੇਖਦੇ ਹੋਏ ਦੇਖਣਾ ਨਹੀਂ ਛੱਡਣਾ ਦੇਖਦੇ ਹੋਏ ਆਵਾਜ਼ ਦਿਓ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਅੱਖਾਂ ਨਹੀਂ ਖੋਲਣੀਆਂ ਜਿੰਨੀ ਦੇਰ ਫਤ ਨਹੀਂ ਬੁਲਾਵਾਂਗੇ ਵਾਹ ਗੁਰੂ 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 ਵਾਹ ਗੁਰੂ

గర్ర్ వా 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 వా గ్రేట్ 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 વા ગ્રુ 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 વા ਵਾਹ ਬ੍ਰਾਹ 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 ਵਾਹ

ਵਾਹ ਬ੍ਰੋ 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 ਵਾਹ ਵਾਹ ਗਰਾਂਹ 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 ਵਾਹ ਗਰਾਂਹ

啊。Uh. ਉਹ ਬਾੰਦੀ ਰੱਖਣੀਆਂ ਨੇ ਸਾਇਲੈਂਟ ਹੋ ਕੇ ਬੈਠ ਹਾਂ ਜੀ ਥੋੜੀ ਜਿਨੀ ਅੱਖਰ ਖੋਲ ਕੇ ਨੇੜੇ ਦੇਖੋ ਸਾਹਮਣੇ ਨਹੀਂ ਦੇਖਣਾ ਥੋੜੀਆਂ ਜਿਹੀਆਂ ਅੱਖਾਂ ਖੋਲ ਕੇ ਨੇੜੇ ਦੇਖੋ ਇੱਥੇ ਦੇਖਦੇ ਹੋਏ ਅੱਖਾਂ ਨੂੰ ਥੋੜਾ ਹੋਰ ਖੋਲ ਲਓ ਹੌਸਤਾ ਹੌਸਤਾ ਸਲੋ ਸਲੋ ਅੱਖਾਂ ਸਾਰੀਆਂ ਖੋਲੋ ਖੋਲਦੇ ਜਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਇਸ ਨੂੰ ਜਦੋਂ ਆਪਾਂ ਸਿਮਰਨ ਕਰਦੇ ਹਾਂ ਇੱਕ ਤਾਂ ਸੁੱਖ ਮਿਲਦਾ ਹੈ ਮੇਰਾ ਖਿਆਲ ਜਿਨ੍ਹਾਂ ਨੇ ਪ੍ਰੋਪਰ ਸਮਝ ਕੇ ਅੱਖਾਂ ਖੋਲੀਆਂ ਨੇ ਤੇ ਉਹਨਾਂ ਨੂੰ ਬਹੁਤ ਉਹਨਾਂ ਦਾ ਮਾਨਿਕ ਇੱਕ ਇਕਾਗਰਤਾ ਜ਼ਰੂਰ ਮਿਲੀ ਹੈ ਮਨ ਨੂੰ ਸੁੱਖ ਜਿਹਾ ਮਿਲਿਆ ਹੋਵੇਗਾ ਜ਼ਰੂਰ ਅੱਖਾਂ ਤੋਂ ਪਤਾ ਲੱਗਦਾ ਕਿੱਥੋਂ ਬਦਲਾ ਦੇ ਅੱਖਾਂ ਤੋਂ ਅੱਖਾਂ ਵਿੱਚ ਮਨਨ ਅੱਖਾਂ ਕਿੰਨੀਆਂ ਠੰਡੀਆਂ ਬਿਸਮਾਦ ਵਾਲੀਆਂ ਹੋ ਗਈਆਂ ਹਨ ਤੇ ਜਦੋਂ ਕਿਤੇ ਆਪਾਂ ਹੋਰ ਟਾਈਮ ਲਾਵਾਂਗੇ ਕਿੰਨਾ ਸੁੱਖ ਮਿਲੇਗਾ ਅਜੇ ਤਾਂ ਆਪਾਂ ਟਾਈਮ ਹੀ ਨਹੀਂ ਜ਼ਿਆਦਾ ਲਾਇਆ ਤੇ ਇਸ ਤਰ੍ਹਾਂ ਪ੍ਰੈਕਟੀਕਲ ਜਦੋਂ ਆਪਾਂ ਕਰਾਂਗੇ ਅਗੇ ਅਨੰਦ ਸ਼ਬਦ ਪ੍ਰਗਟ ਹੋਏਗਾ ਫਿਰ ਸ਼ਬਦ ਨੂੰ ਸੁਣ-ਸੁਣ ਕੇ ਆਪਾਂ ਮਾਲਕ ਦੇ ਵਿੱਚ ਸਮਾਉਣਾ ਫਿਰ ਮਾਲਕ ਅੰਮ੍ਰਿਤ ਰਸ ਵੀ ਦਿੰਦਾ ਹੈ ਖੁਸ਼ਬੂ ਵੀ ਦਿੰਦਾ ਹੈ ਬੜੀ ਮਹਿਕ ਸੁਣੀ ਆਉਂਦੀ ਹੈ ਬਿਨਾ ਸੰਟਾਂ ਤੋਂ ਬਿਨਾ ਮਿੱਠਾ ਖਾਦੇ ਅੰਮ੍ਰਿਤ ਰਸ ਹੁੰਦਾ ਹੈ ਬਿਨਾ ਸਾਜ਼ਾਂ ਦੁਆਨਾ ਦੁਵਾਜੇ ਵਜਦੇ ਗੁਰਬਾਣੀ ਸਾਰਾ ਦੱਸਿਆ ਗਿਆ ਇਹ ਸਾਰੀਆਂ ਜਿਹੜੇ ਅਵਸਥਾਵਾਂ ਨੇ ਇਹਨਾਂ ਨੂੰ ਕਵਰ ਕਰਦੇ ਹੋਏ ਆਪਾਂ ਮਾਲਕ ਨਾਲੇ ਮਲਾਪ ਕਰਨਾ ਜਦੋਂ ਮਾਲਕ ਨਾਲ ਮਲਾਪ ਹੋ ਜਾਂਦਾ ਹੈ ਤੇ ਮਨ ਬੱਚਾ ਮਾਲਕ ਦੇ ਹੁਕਮ ਦੀ ਉਡੀਕ ਵਿੱਚ ਹੁੰਦਾ ਹੈ ਉਹ ਕੋਈ ਵੀ ਕੰਮ ਕਰਦਾ ਹੈ ਉਹ ਹੁਕਮ ਤੋਂ ਬਾਹਰ ਨਹੀਂ ਕਰਦਾ ਹੁਕਮ ਕੀ ਹੈ ਨਾਮ ਨਾਮ ਨੂੰ ਸੁਣ ਕੇ ਕੰਮ ਕਰਦਾ ਕੋਈ ਵੀ ਕੰਮ ਕਰਦਾ ਨਾਮ ਨੂੰ ਹੁਕਮ ਨੂੰ ਸੁਣ ਕੇ ਕਰਦਾ ਏ ਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ ਬਜਾਏ ਜੀ ਫਿਰ ਉਹ ਮਨ ਬੱਚਾ ਸੂਖਮ ਤੌਰ ਤੇ ਵੀ ਜਿੱਥੇ ਮਾਲਕ ਡਿਊਟੀ ਲਾਉਂਦਾ ਹੈ ਤੇ ਉਹ ਮਨ ਬੱਚਾ ਡਿਊਟੀ ਕਰਕੇ ਆਉਂਦਾ ਤੇ ਉਹ ਮਾਲਕ ਦੇ ਹੁਕਮ ਵਿੱਚ ਚੱਲਦਾ ਹੈ ਉਹ ਮਾਲਕ ਦੇ ਹੁਕਮ ਵਿੱਚ ਚੱਲਦਾ ਹੈ ਔਰ ਗਰਬਾਨੀ ਤੋਂ ਬਾਅਦ ਸਾਨੂੰ ਕੋਈ ਗੱਲ ਦੱਸਦਾ ਹੈ मीनिंग ਕੋਈ ਗਲਤ ਕਰਦਾ ਹੈ ਉਧਰੋਂ ਮਾਲਕ ਰੋਕਦਾ ਵੀ ਨਹੀਂ ਪੁੱਤ ਪ੍ਰਵਾਹ ਨਹੀਂ ਕਰਨੀ ਤੂੰ ਆਪਦੀ ਚਾਲ ਤੁਰਿਆ ਚੱਲ ਇਹ ਰਸਤਾ ਠੀਕ ਹੈ ਅੱਗੇ ਵੀ ਦੱਸ ਹੋਰਾਂ ਨੂੰ ਵੀ ਦੱਸ ਸੁ ਕੋਲੋਂ ਗੱਲਾਂ ਕਿਆਫੇ ਨਹੀਂ ਲਾਉਣੇ ਅੰਦਾਜ਼ੇ ਨਹੀਂ ਲਾਉਣੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਬਾਣੀ ਨਾਲ ਗੱਲ ਮਿਲਾ ਕੇ ਜੇ ਤੁਹਾਡਾ ਮਨ ਮੰਨੇ ਤਾਂ ਮੰਨ ਲੈਣੀ ਹੈ ਜੇ ਤੁਹਾਡਾ ਮਨ ਨਾ ਮੰਨੇ ਤਕਾਣਾ ਗੁਰੂ ਸਾਹਿਬਾਂ ਜੀ ਨੇ ਕੀਤਾ ਨਾ ਆਪਾਂ ਕਰਨਾ ਆਪਾਂ ਵੀ ਉਹਨਾਂ ਦੇ ਆਦੇਸ਼ ਨੂੰ ਅੱਗੇ ਨੌਕਰ ਬਣ ਕੇ ਚਲਾ ਰਹੇ ਆ ਤੇ ਜੇ ਕਿਸੇ ਦਾ ਮਨ ਮੰਨ ਜੇ ਜੇ ਕੋ ਮਨ ਜਾਣੇ ਮਨ ਕੋਈ ਤਾਂ ਫਿਰ ਤਾਂ ਚੜ੍ਹਦੀ ਕਲਾ ਜੇ ਮਨ ਮੰਨ ਜੇ ਨਾ ਮੰਨੇ ਕੋਈ ਤਕਾ ਨਹੀਂ ਹੈ ਕਰਕੇ ਦੇਖੋ ਕਰਕੇ ਦੇਖੋ ਕੁਝ ਨਾ ਕੁਝ ਪ੍ਰਗਟ ਜ਼ਰੂਰ ਹੋਏਗਾ ਮੇਨ ਤਾਂ ਇਹ ਕਿ ਜੀ ਸਿਮਰਨ ਵੀ ਇੱਕ ਅਭਿਆਸ ਕਰਨਾ ਵੀ ਇੱਕ ਮਾਲਕ ਨੂੰ ਮਿਲਣ ਵਾਸਤੇ ਇੱਕ ਮਿਹਨਤ ਆ ਜਿਵੇਂ ਦਿਨਿਆਵੀ ਕੰਮ ਕਰਨੇ ਕਿੰਨੀ ਮਿਹਨਤ ਕਰਦੇ ਆ ਕਿੰਨੇ ਕਿੰਨੇ ਘੰਟੇ ਨੌਕਰੀ ਕਰਕੇ ਆਉਨੇ ਆ ਕਿੰਨਾ ਸਫਰ ਕਰਦੇ ਆ ਇਹ ਵੀ ਇੱਕ ਮਿਹਨਤ ਆ ਕਰੋ ਮਾਲਕ ਦੀ ਫੌਜ ਵਿੱਚ ਭਰਤੀ ਹੋਵੋ ਸਮਾਂ ਬੜਾ ਭਿਆਨਕ ਹੈ ਆਪ ਦੀ ਰੱਖਿਆ ਕਰੋ ਆਪ ਦੇ ਪਰਿਵਾਰ ਦੀ ਰੱਖਿਆ ਕਰੋ ਜੇ ਕੋਈ ਤੁਹਾਡੀ ਸ਼ਰਨ ਵਿੱਚ ਆਵੇ ਤੇ ਤੁਸੀਂ ਉਹਦੀ ਵੀ ਰੱਖਿਆ ਕਰ ਸਕੋ ਇਸ ਤਰ੍ਹਾਂ ਦਾ ਇੱਕ ਜੀਵਨ ਦੀ ਰੂਪ ਰੇਖਾ ਤਿਆਰ ਕਰੋ ਆਪ ਨਿਡਰ ਹੋ ਜੇ ਆਪ ਡਰਦੇ ਹੋਵਾਂਗੇ ਤੇ ਦੂਸਰਾ ਕੋਈ ਸ਼ਰਨ ਵਿੱਚ ਆਏਗਾ ਫਿਰ ਡਰ ਪੈਦਾ ਹੋਏਗਾ ਨਾ ਆਪ ਨਿਡਰ ਬਣੋ ਕਿ ਜੋ ਕੋਈ ਸ਼ਰਨ ਵਿੱਚ ਆਉਂਦਾ ਉਹਨੂੰ ਵੀ ਦਲੇਰੀ ਦਿਓ ਮਾਲਕ ਦਾ ਨਾਮ ਜਪ ਮਾਲਕ ਚਰਦੀ ਕਲਾ ਕਰੇਗਾ ਠੀਕ ਹੈ ਮਾਲਕ ਦਾ ਹੀ ਨਾਮ ਜਪਉਣਾ ਆਪਾਂ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਾਇਨੰਦ ਲਾਲ ਜੀ ਨੂੰ ਕਿਹਾ ਸੀ ਕਹਿੰਦੇ ਆਨੰਦ ਲਾਲ ਵੀ ਮੈਂ ਸਾਰੀ ਦੁਨੀਆ ਨੂੰ ਚਾਹਨਾ ਕਿ ਸਾਰੀ ਦੁਨੀਆ ਵਾਹਿਗੁਰੂ ਜਪ ਜਪੇ ਚਾਰੇ ਵਰਨ ਨੇ ਚਾਰੇ ਵਰਨ ਨਾਮ ਜਪਣ ਚਾਰ ਵਰਨ ਇੱਕ ਵਰਨ ਕਰਾਉ ਵਾਹਿਗੁਰੂ ਦਾ ਜਾਪ ਜਪਾਉ ਇਹ ਗੁਰੂ ਗਬਿੰਦ ਸਿੰਘ ਮਹਾਰਾਜ ਦੇ ਬਚਨਾਂ ਜੀ ਤੇ ਆਪਾਂ ਉਹਨਾਂ ਬਚਨਾਂ ਤੇ ਕੋਸ਼ਿਸ਼ ਕਰਦੇ ਪਏ ਆਪ ਵੀ ਜਪਦੇ ਆ ਤੇ ਤੁਸੀਂ ਸਾਰੇ ਮੇਰੇ ਭੈਣ ਭਰਾ ਜੀ ਤੇ ਮੈਂ ਤੁਹਾਨੂੰ ਵੀ ਇਹੀ ਪ੍ਰੇਰਣਾ ਦਿੱਤੀ ਹੈ ਵੀ ਤੁਸੀਂ ਵੀ ਜਪੋ ਤੇ ਗੁਰਬਾਣੀ ਤੋਂ ਬਾਹਰ ਜੇ ਸਾਨੂੰ ਕੋਈ ਪ੍ਰਮਾਣ ਦਿੰਦਾ ਤਾਂ ਨਾ ਮੰਨੋ ਹਾਂ ਗੁਰਬਾਣੀ ਨਾਲ ਮਿਲਦਾ ਹੋਇਆ ਕੋਈ ਕੋਈ ਉਦਾਹਰਨ ਤੇ ਉਹ ਜ਼ਰੂਰ ਲੈ ਲਓ ਠੀਕ ਹੈ ਨੀ ਜੀ ਤੇ ਉਹਦਾ ਕੋਈ ਡਰ ਨਹੀਂ ਲੇਕਿਨ ਗੁਰਬਾਣੀ ਤੋਂ ਬਾਹਰ ਆਪਾਂ ਕੋਈ ਪ੍ਰੈਕਟੀਕਲ ਨਹੀਂ ਕਰਨਾ ਸੋ ਸਮਾਂ ਹੋ ਗਿਆ ਜੀ ਇੱਥੇ ਹੁਣ ਸਮਾਪਤੀ ਕਰਦੇ ਮੈਂ ਧੰਨਵਾਦ ਕਰਦਾ ਭਾਈ ਹਮਨਪ੍ਰੀਤ ਸਿੰਘ ਜੀ ਦਾ ਇਹਨਾਂ ਦੇ ਸਾਰੇ ਪਰਿਵਾਰ ਦਾ ਜਿਨ੍ਹਾਂ ਨੇ ਸਾਰੀ ਸੰਗਤ ਨੂੰ ਆਪਣੇ ਗ੍ਰਹਿ ਵਿਖੇ ਇਕੱਠਾ ਕਰਕੇ ਤੇ ਸਾਨੂੰ ਵੀ ਸੱਦ ਕੇ ਤੇ ਗੁਰਬਾਣੀ ਗੁਰੂ ਦੇ ਮੁਤਾਬਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਦੀ ਸਿਮਸਲਾ ਕਰਾਈ ਹੈ ਸਿਮਰਨ ਕਰਾਇਆ ਹੈ ਬ੍ਰੌਕਾਸ ਸਿਮਰਨ ਸਾਧ ਦੀ ਉੱਚਾ ਬਹੁਤ ਧੰਨਵਾਦ ਕਰਦੇ ਹਾਂ ਗੁਰਮੁਖਾਂ ਨੇ ਸਮਾਂ ਦਿੱਤਾ ਇਸੇ ਤਰ੍ਹਾਂ ਸੰਗਤ ਦੇ ਚਰਨਾਂ 'ਚ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਆਪਦੇ ਘਰਾਂ ਦੇ ਵਿੱਚ ਜਦੋਂ ਜਿੰਦਾ ਮਨ ਕਰਿਓ ਕਰਾ ਸਕਦਾ ਕੋਈ ਹਿੰਦੀ ਪੇਟਾ ਨਹੀਂ ਹੈ ਕੋਈ ਹਿੰਦੀ ਬਾਣੀ ਦਾ ਕੋਈ ਮੁੱਲ ਨਹੀਂ ਦੇ ਸਕਦਾ ਤੇ ਜਿੰਦੇ ਘਰੇ ਆ ਪਰਿਵਾਰ ਦੀ ਰਾਇ ਤੋਂ ਬਿਨਾ ਨਹੀਂ ਸਾਰੇ ਪਰਿਵਾਰ ਨਾਲ ਰਹਿ ਕਰੋ ਜੇ ਕਿਸੇ ਦਾ ਮਨ ਕਰੇ ਵੀ ਅਸੀਂ ਇਸੇ ਮਨ ਕਰਾਉਣਾ ਤੇ ਗੁਰਮੁਖ ਪਿਆਰਿਓ ਕੋਸ਼ਿਸ਼ ਅਸੀਂ ਵੀ ਕਰਾਂਗੇ ਨਹੀਂ ਤੇ ਆਪਣੇ ਸਿੰਘ ਨੇ ਇਹ ਸਾਰੇ ਜਿਵੇਂ ਭਾਈ ਅਮਨਪ੍ਰੀਤ ਸਿੰਘ ਜੀ ਵੀ ਵਿਚਾਰ ਕਰਦੇ ਨੇ ਤੇ ਭਾਈ ਤੇਜਿੰਦਰ ਸਿੰਘ ਜੀ ਨੇ ਹੋਰ ਗੁਰਮੁਖ ਨੇ ਆਪਣੇ ਸਾਰੇ ਭਾਈ ਹਰੀ ਸਿੰਘ ਜੀ ਨੇ ਤੇ ਇਹ ਸਾਰੇ ਗੁਰਮੁਖ ਮਾਲਕ ਦੀ ਸਿਫਤਸਲਾ ਕਰਦੇ ਨੇ ਦੇਖੋ ਨਾਲੇ ਜੌਬ ਕਰਦੇ ਨੇ ਜੋਬ ਕਰਦੇ ਆ ਹੋਇਆਂ ਵਿੱਚੋਂ ਸਮਾਂ ਕੱਢ ਕੇ ਨਾਲੇ ਸਿਮਰਨ ਕਰਦੇ ਨਾਲੇ ਸੰਗਤ ਨੂੰ ਪ੍ਰੇਰਣਾ ਕਰਦੇ ਆ ਤੁਹਾਡੇ ਵਿੱਚੋਂ ਵੀ ਕਰ ਸਕਦੇ ਹੋ ਤੁਸੀਂ ਕੋਈ ਵੀ ਗੁਰਮੁਖ ਟ੍ਰੇਨਿੰਗ ਦੇਾਂਗੇ ਆਪਾਂ ਪੂਰੀ ਪ੍ਰੋਪਰ ਸਾਰੇ ਪ੍ਰੈਕਟੀਕਲ ਕਰਾ ਦੇਾਂਗੇ ਤੇ ਜੇ ਕਿਸੇ ਨੂੰ ਹੋਵੇ ਚਾਹ ਕਿ ਮੈਂ ਮਾਲਕ ਦੇ ਪ੍ਰਚਾਰ ਦੇ ਵਿੱਚ ਯੋਗਦਾਨ ਪਾਉਣਾ ਤੇ ਉਹ ਜ਼ਰੂਰ ਪਾ ਸਕਦਾ ਘਰਾਂ ਦੇ ਵਿੱਚ ਵਾਰੀ-ਵਾਰੀ ਰੱਖ ਲਓ ਤੇ ਸਿਮਰਨ ਵਧਾਓ ਇਹ ਕਿਉਂ ਜ਼ੋਰ ਦਿੰਨੇ ਆ ਤੁਹਾਨੂੰ ਇਹ ਤਾਂ ਦਿੰਨੇ ਆ ਵੀ ਆਉਣ ਵਾਲਾ ਸਮਾਂ ਜਿਹੜਾ ਹੈ ਨਾ ਸਤਜੋਗ ਛੇਤੀ ਲੱਗਦੇ ਸਤਜੋਗ ਛੇਤੀ ਲੱਗਦੇ ਕਲਜੋਗ ਦੇ ਵਿੱਚ ਦੁਨੀਆ ਬੜੀ ਦੁਖੀ ਹੈ ਜਿਸ ਤਨ ਲੱਗੀਆਂ ਸੋਈ ਜਾਣੇ ਕੌਣ ਜਾਣੇ ਪੀਰ ਭਾਈ ਜਿਹਨੂੰ ਹਰ ਇੱਕ ਨੂੰ ਕੋਈ ਨਾ ਕੋਈ ਦੁੱਖ ਹੈਗਾ ਇਹ ਨਹੀਂ ਕਹਿ ਸਕਦੇ ਵੀ ਕੋਈ ਬੰਦੇ ਨੂੰ ਦੁੱਖ ਨਹੀਂ ਅੱਜਕੱਲ ਦੇਖੋ ਬੱਚੇ ਵਿਆਹ ਦਿੰਨੇ ਆ ਥੋੜੀ ਦੇਰ ਬਾਅਦ ਮਾਤਾ-ਪਿਤਾ ਨੂੰ ਟੈਨਸ਼ਨ ਪੈ ਜਾਂਦੀ ਜਦੋਂ ਬੱਚੇ ਅਲੱਗ ਹੋ ਜਾਂਦੇ ਤਲਾਕ ਹੋ ਜਾਂਦੇ ਲੋਕਾਂ ਨੇ ਖਡੂਣਾ ਬਣਾ ਲਿਆ ਇਸ ਪਵਿੱਤਰ ਰਿਸ਼ਤੇ ਨੂੰ ਨਹੀਂ ਗੁਰਮੁਖੋ ਇਹ ਮਾਲਕ ਵੱਲੋਂ ਪਵਿੱਤਰ ਰਿਸ਼ਤਾ ਬਣਾਇਆ ਬਣਾਇਆ ਜਾਂਦਾ ਇਹਨੂੰ ਨਿਭਾਓ ਇਹ ਦੁਖੀ ਹੋ ਜਾਂਦੇ ਆਪਾਂ ਸਾਰੇ ਮਾਪਿਆਂ ਨੂੰ ਵੀ ਦੁੱਖ ਗਾਮ ਜਿੰਦੇ ਨਾਲ ਧੋਖਾ ਹੋ ਜਾਂਦਾ ਉਹਨੂੰ ਵੀ ਦੁੱਖ ਫਿਰ ਲੈਣ ਦੇਣ ਕਰਕੇ ਕੋਈ ਮੁਕਰ ਜਾਂਦਾ ਉਹ ਵੀ ਦੁੱਖ ਤੇ ਜੇ ਆਪਾਂ ਸਦੀਵੀ ਸੁੱਖ ਚਾਹੁੰਦੇ ਆ ਤੇ ਗੁਰਮੁਖੋ ਪਿਆਰੋ ਵੱਧ ਤੋਂ ਵੱਧ ਸਿਮਰਨ ਕਰੀਏ ਤੇ ਅੱਗੇ ਕਰਾਈਏ ਜਿਵੇਂ ਜਿਵੇਂ ਸਿਮਰਨ ਦੁਨੀਆ ਤੇ ਵਧੇਗਾ ਕਾਲ ਦੀ ਪਾਵਰ ਕੱਟ ਜੇਗੀ ਹਾਂਜੀ ਨਾਮ ਦਾ ਪਸਾਰਾ ਹੋ ਜਾਏਗਾ ਤੇ ਨਾਮ ਦੇ ਨਾਲ ਜੜ ਦੀ ਕਲਾ ਹੋਣੀ ਹੈ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਅਸੀਂ ਕੱਲਾ ਮੈਂ ਨਹੀਂ ਚਾਹਾਂਗਾ ਕਿ ਮੇਰੇ ਘਰੇ ਸੁੱਖ ਰਹੇ ਮੈਂ ਕਹਾਂਗਾ ਮਾਲਕ ਸਾਰੀ ਦੁਨੀਆ ਤੇ ਸੁੱਖ ਹੋਵੇ ਸਾਰੀ ਸਾਰੀ ਦੁਨੀਆ ਹੀ ਤੇਰੇ ਬੱਚੇ ਨੇ ਅੰਦਰ ਜਿਹੜੇ ਸਿਤਜੋਤ ਪਾਜ ਚਾਰੇ ਖਾਣੀਆਂ ਦੇ ਰੂਪੇ ਤੇਰੇ ਬੱਚੇ ਨੇ ਸਾਰੇ ਸੁਖੀ ਰਹਿਣ ਇਸ ਕਰਕੇ ਇਸ ਦੇ ਵਿੱਚ ਤੁਸੀਂ ਯੋਗਦਾਨ ਪਾ ਸਕਦੇ ਜੇ ਸਿਮਰਨ ਕਰਨਾ ਸਿੱਖੋ ਅੱਗੇ ਸਿਖਾਓ ਕਰਾਓ ਠੀਕ ਹੈ ਜੀ ਸੋ ਗੁਰੂਮਉ ਪਿਆਰਿਓ ਇਨਾ ਸਮਾਂ ਜੋ ਮਿਲਿਆ ਹੈ ਹੁਣ ਆਪਣਾ ਸਮਾਂ ਹੋ ਗਿਆ ਹੈ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚੋਂ ਵਿਚਾਰ ਕੀਤੀ ਤੇ ਪਿੰਡ ਗੁਰੂ ਸਰ ਕਹਿੰਗੇ ਅਸੀਂ ਐਤਵਾਰ ਨੂੰ ਕਲਾਸ ਲਾਉਣੀ ਹੈ ਮੇਰਾ ਪਿੰਡ ਹੈ ਗੁਰੂ ਸਰ ਕਹਿੰਗੇ ਜੇ ਕਿਸੇ ਦਾ ਮਨ ਕਰੇ ਆਪਦੇ ਪਰਿਵਾਰ ਦੇ ਨਾਲ ਆ ਕੇ ਕਲਾਸ اٹینڈ ਕਰ ਸਕਦੇ ਹੋ ਤੇ ਭਾਈ ਅਮਨਪ੍ਰੀਤ ਸਿੰਘ ਹੋਣੀ ਭਾਈ ਹਰੀ ਸਿੰਘ ਹੋਣੀ ਸਾਰੇ ਜਾਣਦੇ ਨੇ ਤੇ ਭਾਈ ਵਿਕੀ ਸਿੰਘ ਹੋਣੀ ਸਾਰੇ ਕੁਲਬੀਰ ਸਿੰਘ ਨੇ ਜੋ ਰਿਕਾਰਡਿੰਗ ਕਰਦੇ ਨੇ ਇਹ ਕਥਾ ਵੀ ਕਰਦੇ ਨੇ ਤੇ ਪ੍ਰਚਾਰ ਕਰਦੇ ਨੇ ਇਹ ਵੀ ਜਾਣਦੇ ਨੇ ਤੁਸੀਂ ਇਹਨਾਂ ਨਾਲ ਸਹਯੋਗ ਬਣਾ ਕੇ ਉੱਥੇ ਆ ਸਕਦੇ ਹੋ ਗਿਆਨ ਲਓ ਪ੍ਰੈਕਟੀਕਲ ਕਰੋ ਤੇ ਅੱਗੇ ਸੇਵਾ ਮਾਲਕ ਦੀ ਡਿਊਟੀ ਸਮਝ ਕੇ ਸੇਵਾ ਕਰੋ ਅਸੀਂ ਵੀ ਖੇਤੀਬਾੜੀ ਠੇਕੇ ਤੇ ਦਿੰਨੇ ਆ ਜੀ ਜ਼ਮੀਨ ਠੇਕੇ ਤੇ ਦਿੰਨੇ ਆ ਲੇਕਿਨ ਸਮੇਜ ਨੂੰ ਸਮਾਂ ਕੱਢ ਕੇ ਮਾਲਕ ਦੀ ਸਿਫਸਲਾ ਕਰਨ ਵਾਸਤੇ ਜਿੱਥੇ ਕੋਈ ਭੈਣ ਭਰਾ ਸਾਦਾ ਸੀ ਜਾਂਦੇ ਆ ਤੁਸੀਂ ਵੀ ਹਿੰਮਤ ਕਰੋ ਛੇਦੀ ਛੇਦੀ ਸਿਮਰਨ ਵਾਜੇ ਦੁਨੀਆ ਦੇ ਤੇ ਸਤਜੁਗ ਲੱਗ ਜੇ ਕਾਲ ਦੀ ਪਾਵਰ ਕੱਢ ਜੇ ਇਸ ਲਈ ਆਪਾਂ ਇਹ ਉਪਰਾਲਾ ਕੀਤਾ ਸਾਰੇ ਵਰਲਡ ਲੈਵਲ ਤੇ ਕਰ ਰਹੇ ਆ ਜੀ ਆਪਾਂ ਸੰਸਾਰ ਲੈਵਲ ਤੇ ਸੋ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਚੋਂ ਵਿਚਾਰ ਕੀਤੀ ਹੈ ਜੀ ਗੁਰਬਾਣੀ ਗੁਰੂ ਦੀ ਜੁਬਾਨ ਨਹੀਂ ਜਦੋਂ ਆਪਾਂ ਵਿਚਾਰ ਕਰਦੇ ਆ ਕੋਈ ਨਾ ਕੋਈ ਸ਼ਬਦ ਅੱਗੇ ਪਿੱਛੇ ਹੋ ਜਾਂਦਾ ਕੋਈ ਗਲਤੀ ਹੋ ਜਾਂਦੀ ਸੰਗਤ ਦੇ ਗੁਰੂ ਬਖਸ਼ਣ ਜੋਗ ਹੁੰਦੇ ਆ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ